ਪੰਜਾਬ ਦਾ ਜਿਹੜਾ ਪਾਣੀ ਆ ਇਹ ਕੋ ਤੁਹਾਡੀ ਜੇਬ ਚ ਪਈਆਂ ਰਿਓੜੀਆਂ ਥੋੜੀਆਂ ਵੀ ਕੱਢ ਕੇ ਜਿੰਨੂੰ ਮਰਜ਼ੀ ਦੇ ਸਕੀ। ਜਿਹੜੀ ਇਹ ਤਸਵੀਰ ਬਠਿੰਡੇ ਤੋਂ ਨਿਕਲੀ ਆ Rajasthan ਤੇ Punjab ਦੀ। ਕੀ ਇਹ ਦੋ ਭਰਾਵਾਂ ਦੀ ਤਸਵੀਰ ਆ? ਦੇਖੋ ਜੇ ਤਾਂ ਗੱਲ ਇਕੱਲੀ ਤਸਵੀਰ ਤੱਕ ਰਹੀ ਹੁੰਦੀ ਤਾਂ ਵੱਖਰੀ ਗੱਲ ਸੀਗੀ ਰਾਜਸਥਾਨ ਦੇ ਲੋਕਲ ਅਖਬਾਰਾਂ ਦੇ ਵਿੱਚ ਇਹ ਗੱਲ ਦੀ ਖਬਰ ਲੱਗੀ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ 1200 ਕਿਊਸਿਕ ਪਾਣੀ ਜਿਹੜਾ ਆ ਉਹ ਸਰਹੰਦ ਫੀਡਰ ਨਹਿਰ ਦੇ ਰਾਹੀਂ ਰਾਜਸਥਾਨ ਨੂੰ ਛੱਡਣ ਦਾ ਵਾਅਦਾ ਕੀਤਾ ਸੋ ਇਹ ਗੱਲ ਮਹਿਜ਼ ਮਿਲਣੀ ਜਾਂ ਤਸਵੀਰ ਤੱਕ ਸੀਮਤ ਨਹੀਂ ਰਹਿੰਦੀ ਪੰਜਾਬ ਦੇ ਵਿੱਚ ਜੀਵਨ ਦੀ ਹੂਣ ਦੇ ਨਾਲ ਜੁੜੇ ਹੋਏ ਮਸਲੇ ਪਾਣੀ ਦੇ ਨਾਲ ਆ ਕੇ ਜੁੜ ਜਾਂਦੀ ਹੈ ਚਾਹੇ ਜਿਹੜੇ ਅਮਰਿੰਦਰ ਸਿੰਘ ਹੋਣਾ ਦੇ ਇਸ਼ਤਿਹਾਰ ਲੱਗੇ ਹੋਣ ਜਿਹਦੇ ਵਿੱਚ ਨਾਲ ਇੰਦਰਾ ਗਾਂਧੀ ਤੇ ਤਸਵੀਰ ਆ ਜਦੋਂ ਉਨੀ ਕਪੂਰੀ ਟੱਕ ਲਾਉਣ ਆਉਣਾ ਸੀਗਾ ਸੋ ਉਸੇ ਹੀ ਲਾਈਨ ਦੇ ਵਿੱਚ ਜਿਹੜੇ ਅੱਜ ਦੇ ਹੁਕਮਰਾਨ ਹੈ ਉਹ ਵੀ ਖੜੇ ਨਜ਼ਰ ਆ ਰਹੇ ਆ SOIL ਨਹਿਰ ਨੂੰ ਪੰਜਾਬ ਦੇ ਪਾਣੀ ਦਾ ਸਭ ਤੋਂ ਵੱਡਾ ਮਸਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕੋਈ ਇਹ ਨਹੀਂ ਦੱਸਦਾ ਕਿ SOIL ਨਹਿਰ ਦੇ ਰਾਹੀਂ ਪਾਣੀ ਜਾਣਾ ਕਿੰਨਾ 34-35 ਲੱਖ ਏਕੜ ਫੁੱਟ ਪਾਣੀ ਜਾਣਾ ਜੀ ਨਹਿਰ ਬੰਦ ਭਈ ਸਾਰਿਆਂ ਨੂੰ ਦਿਖ ਰਹੀ ਹੈ ਪਰ ਇਹ ਗੱਲ ਨਹੀਂ ਦੱਸੀ ਜਾਂਦੀ ਕਿ ਉਹਦੇ ਵਿੱਚੋਂ 17 ਲੱਖ ਏਕੜ ਫੁੱਟ ਪਾਣੀ ਤਾਂ ਭਾਖੜਾ ਦੇ ਵਿੱਚ ਪਹਿਲਾ ਡਿਸਚਾਰਜ ਵੱਧ ਛੱਡ ਕੇ SOIL ਦਾ ਪਾਣੀ ਜਿਹੜਾ ਆ ਉਹਦਾ ਪਾਣੀ ਤਾਂ ਹਰਿਆਣੇ ਨੂੰ ਮਿਲ ਰਿਹਾ ਹੈ ਤੇ ਰਾਜਸਥਾਨ ਕਿਨਾਰ ਜਾਂਦੀ ਹੈ ਉਹਦੀ ਕਿੰਨੀ ਕੈਪੈਸਿਟੀ ਹੈ ਜੀ ਭਾਖੜਾ ਦੇ ਰਾਹੀਂ ਕਿੰਨਾ ਪਾਣੀ ਜਾ ਰਿਹਾ ਆ ਗੰਗ ਕਨਾਲ ਰਾਹੀਂ ਕਿੰਨਾ ਜਾ ਰਿਹਾ ਹੁਣ ਸਰਹੰਦ ਫੀਡਰ ਦੇ ਰਾਹੀਂ ਭੇਜਣ ਦੀ ਕਿੰਨੀ ਤਿਆਰੀ ਹੋ ਰਹੀ ਹੈ ਇਹਨਾਂ ਦੇ ਮੁਕਾਬਲੇ ਚ ਐਸਵਾਈਐਲ ਨਹਿਰ ਰੱਖ ਲੋ ਉਹ ਮਤਲਬ ਬਿਲਕੁਲ ਹੀ ਇੱਕ ਵੱਡੇ ਢੇਰ ਦੇ ਵਿੱਚੋਂ ਜਿੰਦਾ ਕਹਿ ਲੋ ਵੀ ਇੱਕ ਢਾਂਗ ਚੋਂ ਇੱਕ ਬੋਰੀ ਦੀ ਗੱਲ ਕਰਨ ਵਾਲੀ ਗੱਲ ਹੈ ਪਰ ਕਿਉਂਕਿ ਉਹ ਮਸਲਾ ਦਿੱਲੀ ਵਾਲਿਆਂ ਨੂੰ ਵੀ ਮੁਆਫਕ ਬੈਠਦਾ ਆ ਹੂੰ ਉਹ ਮਸਲਾ ਹਰਿਆਣੇ ਵਾਲਿਆਂ ਨੂੰ ਵੀ ਮਾਫਕ ਬੈਠਦਾ ਉਹ ਪੰਜਾਬ ਵਾਲਿਆਂ ਨੂੰ ਵੀ ਬੈਠਦਾ ਤੇ ਉਹ ਸਮੇਂ-ਸਮੇਂ ਤੇ ਪੰਜਾਬ ਦੇ ਪਾਣੀ ਦੀ ਜਿਹੜੀ ਗੱਲ ਆ ਉਹ ਉਹਦੇ ਦੁਆਲੇ ਹੀ ਘੁਮਾ ਕੇ ਸਾਰੇ ਆਪੋ ਆਪਣੀਆਂ ਰੋਟੀਆਂ ਜੜੀਆਂ ਉਹ ਸੇਕ ਜਾਂਦੇ ਆ ਸਿਰਫ ਪੰਜਾਬ ਦਾ ਸੇਮ ਵਾਲਾ ਇਲਾਕਾ ਜਿੱਥੇ ਜ਼ਮੀਨ ਹੀਠਾ ਪਾਣੀ ਖਰਾਬ ਹੈ ਮੁਕਸਰ ਤੇ ਉਹਦੇ ਨਾਲ ਲੱਗਦਾ ਇਲਾਕਾ ਤੇ ਇਧਰੋਂ ਬਿਲਕੁਲ ਪਹਾੜਾਂ ਦੇ ਪੈਰਾਂ ਵਾਲੇ ਬਲਾਕ ਸੋ ਪਹਾੜਾਂ ਨੂੰ ਤੇ ਖਾਰੇ ਪਾਣੀ ਵਾਲੇ ਸੇਮ ਵਾਲੇ ਇਲਾਕੇ ਨੂੰ ਛੱਡ ਦਿਓ ਬਾਕੀ ਸਾਰੇ ਪੰਜਾਬ ਦਾ ਨਕਸ਼ਾ ਉਸ ਰਿਪੋਰਟ 'ਚ ਜਿਹੜਾ ਲੱਗਿਆ ਹੋਇਆ ਉਹ ਲਾਲ ਰੰਗ ਆ। ਪੰਜਾਬ ਵਿਧਾਨ ਸਭਾ ਦੀ ਆਪਣੀ ਰਿਪੋਰਟ ਦੱਸ ਰਹੀ ਹੈ ਕਿ ਅਸੀਂ ਸੱਭਿਆਤਾ ਦੇ ਕ੍ਰਾਈਸਿਸ ਦੇ ਉੱਪਰ ਆ ਕੇ ਖੜੇ ਹਾਂ। ਇਹ ਜਿਹੇ ਹਾਲਾਤ ਦੇ ਵਿੱਚ ਜੇਕਰ ਇੱਕ ਸੂਬੇ ਦੇ ਆਗੂ ਦੇ ਵੱਲੋਂ ਜਾਂ ਸੂਬੇਦਾਰ ਦੇ ਵੱਲੋਂ ਉਸ ਸਮੇਂ ਜਦੋਂ ਸਭ ਤੋਂ ਵੱਧ ਪਾਣੀ ਦੀ ਜ਼ਰੂਰਤ ਪੰਜਾਬ ਦੇ ਵਿੱਚ ਹੋਣੀ ਹੈ 1200 ਕਿਊਸਿਕ ਪਾਣੀ ਹੋਰ ਦੇਣ ਦੀ ਗੱਲ ਕਰਨੀ। ਇਹ ਮਤਲਬ ਬੜੀ ਪੰਜਾਬ ਦੇ ਨਾਲ ਬੜੇ ਦੁਕਾਨ ਤਾਲੀ ਮੰਨ ਪਾਗੀ ਗੱਲ। ਇਹ ਨਾ ਉਜਾਊ ਖਿੱਤਾ ਬੰਜਰ ਹੋਣ ਦੀ ਕਗਾਰ ਦੇ ਉੱਤੇ ਖੜਾ ਹੋਵੇ ਤੁਸੀਂ ਜੋ ਪਿਛਲੀਆਂ ਇਤਿਹਾਸ ਦੀਆਂ ਗਲਤੀਆਂ ਉਹ ਸਹੀ ਕਰਨ ਦੀ ਬਜਾਏ ਬਿਲਕੁਲ ਉਹਨਾਂ ਹੀ ਸੂਬੇਦਾਰਾਂ ਦੇ ਪਦ ਚ ਇਹਨਾਂ ਦੇ ਉੱਪਰ ਚੱਲ ਰਹੇ ਹਾਂ ਜਾਂ ਉਹਨਾਂ ਦੇ ਬੂਟਾਂ 'ਚ ਪੈਰ ਪਾ ਕੇ ਪੰਜਾਬ ਦੇ ਵਿਰੋਧੀ ਗੱਲਾਂ ਕਰ ਰਹੇ ਹਾਂ ਬੜੀ ਵੱਡੀ ਤਰਾਸ ਦੀ ਹੈ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਆ ਉਹ ਗੁਜਰਾਤ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਲੱਗ ਰਿਹਾ ਸੀਗਾ ਇੰਨੀ ਗੱਲ ਤਾਂ ਲੋਕ ਬਰਦਾਸ਼ਤ ਕਰ ਰਹੇ ਸੀ ਹੁਣ ਪਾਣੀ ਵੀ ਜਿਹੜਾ ਹੈਗਾ ਉਹ ਜੇ ਇਸ ਹਿਸਾਬ ਨਾਲ ਜਾਣਾ ਇਹ ਪੰਜਾਬ ਦੇ ਵਾਸਤੇ ਬੜੀ ਖਤਰੇ ਵਾਲੀ ਗੱਲ ਹੀ ਆਪਾਂ ਕਹਿ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਪਾਣੀ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਿਆਸਤ ਇਸ ਸਿਆਸਤ ਦੇ ਨਾਲ ਸੰਬੰਧਿਤ ਲੋਕ ਬੋਲਦੇ ਆਏ ਨੇ ਜੋ ਸੱਤਾਧਰ ਪਾਰਟੀ ਹੁੰਦੀ ਆ ਉਹ ਗੱਲ ਕਰਦੇ ਨੇ ਵੀ ਅਸੀਂ ਪਾਣੀ ਨੂੰ ਲੈ ਕੇ ਜਾਂ ਪਾਣੀ ਦੇ ਅਧਿਕਾਰਾਂ ਨੂੰ ਲੈ ਕੇ ਗੱਲ ਕਰਾਂਗੇ ਤੁਹਾਡੇ ਹੱਕ ਦੀ ਗੱਲ ਕਰਾਂਗੇ ਪਰ ਜਿਹੜੇ ਵਿਰੋਧੀ ਨੇ ਵਿਰੋਧੀ ਕਹਿੰਦੇ ਨੇ ਵੀ ਤੁਹਾਡੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਜਿਹੜੇ ਵਿਰੋਧੀ ਨੇ ਉਹ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਚੀਜ਼ਾਂ ਹੋਰ ਸਾਹਬ ਦੇ ਨਾਲ ਉਹ ਵੀ ਦੇਖਦੇ ਨੇ ਉਹ ਵੀ ਕੋਈ ਸਾਨੂੰ ਕਈਆਂ ਵਾਲੀ ਤਸਵੀਰ ਦੇ ਨਾਲ ਨਜ਼ਰ ਆਉਂਦਾਗਾ ਕੋਈ ਬੱਠਲਾਂ ਵਾਲੀ ਤਸਵੀਰ ਦੇ ਨਾਲ ਨਜ਼ਰ ਆਉਂਦਾਗਾ ਤੇ ਕੋਈ ਹੋਰ ਤਸਵੀਰ ਦੇ ਨਾਲ ਨਜ਼ਰ ਆਉਂਦਾਗਾ ਮੋਰਚੇ ਕਪੂਰੀ ਮੋਰਚੇ ਦੀ ਗੱਲ ਹੁੰਦੀ ਆ ਤੇ ਹੋਰ ਬਹੁਤ ਸਾਰੇ ਮੋਰਚਿਆਂ ਦੀ ਗੱਲ ਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਮੁੱਦਕੀ ਵੀ ਮੋਰਚਾ ਲੱਗਿਆ ਉਸ ਨੂੰ ਲੈ ਕੇ ਵੀ ਗੱਲਬਾਤ ਹੁੰਦੀ ਆ ਪਰ ਜਦੋਂ ਇੱਕ ਤਸਵੀਰ ਸਾਹਮਣੇ ਆਉਂਦੀ ਆ ਖਾਸ ਕਰਕੇ ਰਾਜਸਥਾਨ ਤੋਂ ਉਹ ਤਸਵੀਰ ਸਾਹਮਣੇ ਆਉਂਦੀ ਆ ਵੀ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਤੇ ਉਹ ਮੀਟਿੰਗ ਦੇ ਵਿੱਚ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਤੇ ਇੱਕ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜਸਥਾਨ ਤੋਂ ਹਨੂਮਾਨ ਸਿੰਘ ਬੈਣੀਪਾਲ ਉਹਨਾਂ ਦੀ ਤਸਵੀਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਆਉਂਦੀ ਆ ਤਾਂ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੜੀਆਂ ਪੰਜਾਬ ਦੇ ਸਿਆਸਤ ਦੇ ਵਿੱਚ ਚੱਲ ਪੈਂਦੀਆਂ ਨੇ ਕਾਂਗਰਸ ਆਪਣੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸਤ ਤੇ ਜਿਹੜੇ ਲੋਕ ਪਾਣੀ ਦੇ ਮੁੱਦੇ ਤੇ ਆ ਬੋਲਦੇ ਆ ਰਹੇ ਨੇ ਉਹ ਕਿਤੇ ਨਾ ਕਿਤੇ ਬਹੁਤ ਸਾਰਾ ਪਿੱਛੇ ਰਹਿ ਜਾਂਦੇ ਨੇ ਪਿੱਛੇ ਤਾਂ ਰਹਿ ਜਾਂਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵੀ ਇਹ ਗੱਲ ਜਾਣੀ ਕਿੱਧਰ ਨੂੰ ਆ ਤੇ ਇਹ ਗੱਲ ਸ਼ੁਰੂ ਕਿਵੇਂ ਹੋ ਰਹੀ ਆ ਤੇ ਅਸਲ ਗੱਲ ਦਾ ਮੰਤਵ ਕੀ ਆ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਇਸ ਖਾਸ ਮੁਲਾਕਾਤ ਦੇ ਵਿੱਚ ਪਰਮਜੀਤ ਸਿੰਘ ਗਾਜੀ ਜੀ ਗਾਜੀ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰਬਾਨੀ ਪਹਿਲਾ ਸਵਾਲ ਮੇਰਾ ਇਹੀ ਆ ਵੀ ਜਿਹੜੀ ਇਹ ਸਿਆਸਤ ਆ ਇਹ ਸਿਆਸਤ ਦਾ ਕੀ ਰੂਪ ਆ ਜਿਹੜੀ ਇਹ ਤਸਵੀਰ ਬਠਿੰਡੇ ਤੋਂ ਨਿਕਲੀ ਆ ਰਾਜਸਥਾਨ ਤੇ ਪੰਜਾਬ ਦੀ ਕੀ ਇਹ ਦੋ ਭਰਾਵਾਂ ਦੀ ਤਸਵੀਰ ਆ ਕਿ ਇਹ ਤਸਵੀਰ ਦੇ ਕਾਰਨ ਕੁਝ ਹੋਰ ਆ ਦੇਖੋ ਜੇ ਤਾਂ ਗੱਲ ਕੱਲੀ ਤਸਵੀਰ ਤੱਕ ਰਹੀ ਹੁੰਦੀ ਤਾਂ ਵੱਖਰੀ ਗੱਲ ਸੀਗੀ ਰਾਜਸਥਾਨ ਦੇ ਲੋਕਲ ਅਖਬਾਰਾਂ ਦੇ ਵਿੱਚ ਇਹ ਗੱਲ ਦੀ ਖਬਰ ਲੱਗੀ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ 1200 ਕਿਊਸਿਕ ਪਾਣੀ ਜਿਹੜਾ ਆ ਉਹ ਸਰਹੰਦ ਫੀਡਰ ਨਹਿਰ ਦੇ ਰਾਹੀਂ ਰਾਜਸਥਾਨ ਨੂੰ ਛੱਡਣ ਦਾ ਵਾਦਾ ਕੀਤਾ ਹੈ ਜੀ ਸੋ ਇਹ ਗੱਲ ਮਹਿਜ਼ ਮਿਲਣੀ ਜਾਂ ਤਸਵੀਰ ਤੱਕ ਸੀਮਿਤ ਨਹੀਂ ਰਹਿੰਦੀ ਇਹ ਪੰਜਾਬ ਦੀ ਪੰਜਾਬ ਦੇ ਵਿੱਚ ਜੀਵਨ ਦੀ ਹੋਂਦ ਦੇ ਨਾਲ ਜੁੜੇ ਹੋਏ ਮਸਲੇ ਪਾਣੀ ਦੇ ਨਾਲ ਆ ਕੇ ਜੁੜ ਜਾਂਦੀ ਹੈ ਜੀ ਇਹ ਬੜੀ ਬਲੰਬੀ ਲਿਗੇਸੀ ਪਈ ਹੋਈ ਹੈ ਚਾਹੇ ਜਿਹੜੇ ਸੱਤਾ ਦੇ ਵਿੱਚ ਹੋਣ ਚਾਹੇ ਜਿਹੜੇ ਸੱਤਾ ਤੋਂ ਬਾਹਰ ਹੋਣ ਤੇ ਚਾਹੇ ਜਿਹੜੇ ਸੱਤਾ ਦੀ ਖੇਡ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਦੇ ਵਿੱਚ ਹੋਣ ਉਹਨਾਂ ਸਾਰਿਆਂ ਦੇ ਹੀ ਜਦੋਂ ਸੱਤਾ 'ਚ ਨਹੀਂ ਹੁੰਦੇ ਉਦੋਂ ਗੱਲ ਹੋਰ ਹੁੰਦੀ ਪਰ ਜਦੋਂ ਹੁੰਦੇ ਆ ਉਦੋਂ ਇਸੇ ਤਰ੍ਹਾਂ ਹੀ ਹੁੰਦਾ ਚਾਹੇ ਇਹ ਕਿਹਾ ਜਾਵੇ ਕਿ ਦਰਬਾਰਾ ਸਿੰਘ ਨੂੰ ਜੀ ਗਨ ਪੁਆਇੰਟ ਦੇ ਉੱਪਰ ਦਬਾਅ ਪਾ ਕੇ ਮਨਾਇਆ ਗਿਆ ਉਹਨੂੰ ਵਜ਼ਾਰਤ ਤੋਂ ਲਾਉਣ ਦੀ ਗੱਲ ਚੱਲੀ ਸੀ ਕਿ ਪਰ ਇੰਦਰਾ ਗਾਂਧੀ ਨੇ ਹਕੀਕਤ ਤਾਂ ਇਹੀ ਸੀਗੀ ਨਾ ਕਿ ਇੱਕ ਮੁਲਾਕਾਤ ਹੁੰਦੀ ਹੈ 31 ਦਸੰਬਰ 1981 ਨੂੰ ਕਿ ਜਿਹੜਾ ਮੁਕੱਦਮਾ ਸੁਪਰੀਮ ਕੋਰਟ ਦੇ ਵਿੱਚ ਜਿੱਚੋ ਲੱਗਦਾ ਸੀਗਾ ਕਿ ਸ਼ਾਇਦ ਪੰਜਾਬ ਦੇ ਹਿੱਤ ਦੀ ਗੱਲ ਸਾਹਮਣੇ ਆ ਸਕਦੀ ਹੈ ਉਹ ਵਾਪਸ ਲੈ ਲਿਆ ਜਾਂਦਾ ਇੱਕ ਹੋਰ ਸਮਝੌਤਾ ਜਿਹੜਾ ਉਹ ਪੰਜਾਬ ਦੇ ਗਲ ਮੜ ਦਿੱਤਾ ਜਾਂਦਾ ਚਾਹੇ ਜਿਹੜੇ ਅਮਰਿੰਦਰ ਸਿੰਘ ਹੁਣਾਂ ਦੇ ਇਤਿਹਾਰ ਲੱਗੇ ਹੋਣ ਜਿਹਦੇ ਵਿੱਚ ਨਾਲ ਇੰਦਰਾ ਗਾਂਧੀ ਤੇ ਤਸਵੀਰ ਆ ਜਦੋਂ ਉਹਨੇ ਕਪੂਰੀ ਟੱਕ ਲਾਉਣ ਆਉਣਾ ਸੀਗਾ ਤੇ ਉਹਨੂੰ ਸਵਾਗਤ ਕਰਨ ਸੋ ਉਸੇ ਹੀ ਲਾਈਨ ਦੇ ਵਿੱਚ ਜਿਹੜੇ ਅੱਜ ਦੇ ਹੁਕਮਰਾਨ ਹੈ ਉਹ ਵੀ ਖੜੇ ਨਜ਼ਰ ਆ ਰਹੇ ਹੈ ਇਹ ਗੱਲ ਇਹ ਵੀ ਦਿਖਾਉਂਦੀ ਹੈ ਕਿ ਪੰਜਾਬ ਦੀ ਜਿਹੜੇ ਸੱਤਾ ਦੇ ਗਲਿਆਰੇ ਨੇ ਉਹ ਬਹੁਤ ਪਹਿਲਾਂ ਪੰਜਾਬ ਦੇ ਸਰਕਾਰਾਂ ਨੂੰ ਛੱਡ ਚੁੱਕੇ ਹੈ ਇੱਥੇ ਗੱਲ ਪਰ ਪੋਲੀਟੀਕਲ ਰੀਟੋਰਿਕ ਦੀ ਤਾਂ ਹੁੰਦੀ ਹੈ ਪਰ ਮੁੱਦੇ ਦੇ ਹੱਲ ਦੀ ਗੱਲ ਨਹੀਂ ਹੁੰਦੀ ਮੈਂ ਇੱਕੋ ਹੀ ਛੋਟੀ ਜੀ ਮਿਸਾਲ ਦੇਣਾ ਕਿ ਹਰ ਕੋਈ ਇਹ ਗੱਲ ਕਹਿੰਦਾ ਕਿ ਐਸਵਾਈਐਲ ਨਹਿਰ ਨੂੰ ਪੰਜਾਬ ਦੇ ਪਾਣੀ ਦਾ ਸਭ ਤੋਂ ਵੱਡਾ ਮਸਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੀ ਕੋਈ ਇਹ ਨਹੀਂ ਦੱਸਦਾ ਕਿ ਐਸਵਾਈਐਲ ਨਹਿਰ ਦੇ ਰਾਹੀਂ ਪਾਣੀ ਜਾਣਾ ਕਿੰਨਾ ਹੈ 34-35 ਲੱਖ ਏਕੜ ਫੁੱਟ ਪਾਣੀ ਜਾਣਾ ਜੀ ਨਹਿਰ ਬੰਦ ਪਈ ਸਾਰਿਆਂ ਨੂੰ ਦਿਖ ਰਹੀ ਹੈ ਜੀ ਪਰ ਇਹ ਗੱਲ ਨਹੀਂ ਦੱਸੀ ਜਾਂਦੀ ਕਿ ਉਹਦੇ ਵਿੱਚੋਂ 17 ਲੱਖ ਏਕੜ ਫੁੱਟ ਪਾਣੀ ਤਾਂ ਭਾਖੜਾ ਦੇ ਵਿੱਚ ਪਹਿਲਾਂ ਡਿਸਚਾਰਜ ਵੱਧ ਛੱਡ ਕੇ एसवाईएल ਦਾ ਪਾਣੀ ਜਿਹੜਾ ਆ ਉਹਦਾ ਪਾਣੀ ਤਾਂ ਹਰਿਆਣੇ ਨੂੰ ਮਿਲ ਰਿਹਾ ਹੈ ਹੂੰ ਉਹਦੇ ਬਾਰੇ ਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ ਔਰ ਇੱਕ ਗੱਲ ਇਹ ਵੀ ਦੇਖੀ ਜਾਵੇ ਕਿ ਰਾਜਸਥਾਨ ਨੂੰ ਜਿਹੜੀ ਰਾਜਸਥਾਨ ਕਨਾਲ ਜਾਂਦੀ ਹੈ ਉਹਦੀ ਕਿੰਨੀ ਕੈਪੈਸਿਟੀ ਹੈ ਜੀ ਭਾਖੜਾ ਦੇ ਰਾਹੀਂ ਕਿੰਨਾ ਪਾਣੀ ਜਾ ਰਿਹਾ ਹੈ ਗੰਗ ਕਨਾਲ ਰਾਹੀਂ ਕਿੰਨਾ ਜਾ ਰਿਹਾ ਹੁਣ ਸਰਹੰਦ ਫੀਡਰ ਦੇ ਰਾਹੀਂ ਵੀ ਅਜੰਡ ਦੀ ਕਿੰਨੀ ਤਿਆਰੀ ਹੋ ਰਹੀ ਹੈ ਤੇ ਇਹਨਾਂ ਦੇ ਮੁਕਾਬਲੇ ਚ ਐਸਵਾਈਐਲ ਨਹਿਰ ਰੱਖ ਲਓ ਉਹ ਮਤਲਬ ਬਿਲਕੁਲ ਹੀ ਇੱਕ ਵੱਡੇ ਢੇਰ ਦੇ ਵਿੱਚੋਂ ਜਿੰਦਾ ਕਹਿ ਲੋ ਵੀ ਇੱਕ ਢਾਂਗ ਚੋਂ ਇੱਕ ਬੋਰੀ ਦੀ ਗੱਲ ਕਰਨ ਵਾਲੀ ਗੱਲ ਹੈ ਪਰ ਕਿਉਂਕਿ ਉਹ ਮਸਲਾ ਦਿੱਲੀ ਵਾਲਿਆਂ ਨੂੰ ਵੀ ਮੁਆਫਕ ਬੈਠਦਾ ਆ ਉਹ ਮਸਲਾ ਹਰਿਆਣੇ ਵਾਲਿਆਂ ਨੂੰ ਵੀ ਮੁਆਫਕ ਬੈਠਦਾ ਉਹ ਪੰਜਾਬ ਵਾਲਿਆਂ ਨੂੰ ਵੀ ਬੈਠਦਾ ਤੇ ਉਹ ਸਮੇਂ-ਸਮੇਂ ਤੇ ਪੰਜਾਬ ਦੇ ਪਾਣੀ ਦੀ ਜਿਹੜੀ ਗੱਲ ਆ ਉਹ ਉਹਦੇ ਦੁਆਲੇ ਹੀ ਕਮਾ ਕੇ ਸਾਰੇ ਆਪੋ ਆਪਣੀਆਂ ਰੋਟੀਆਂ ਜਿਹੜੀਆਂ ਉਹ ਸੇਕ ਜਾਂਦੇ ਆ ਸੋ ਇਹ ਗੱਲ ਮਹਿਜ਼ ਤਸਵੀਰ ਦੀ ਨਹੀਂਗੀ ਪੰਜਾਬ ਦੀ ਹੋਂਦ ਦੀ ਗੱਲ ਹੈ ਜਿਵੇਂ ਤੁਸੀਂ ਕਿਹਾ ਵੀ SYL ਦਾ ਜਿਹੜਾ ਮਸਲਾ ਹੈਗਾ ਉਹ ਰਾਜਨੀਤਿਕ ਤੱਕੜੀ ਦੇ ਵਿੱਚ ਸਹੀ ਬੈੰਦਾ ਹੈਗਾ ਵੀ ਜਦੋਂ ਲੋਡ ਹੁੰਦੀ ਆ ਉਦੋਂ ਉਹਨੂੰ ਚੰਗਿਆਰੀ ਦੇ ਦਿੱਤੀ ਜਾਂਦੀ ਹੈ ਜਦੋਂ ਲੋਡ ਹੁੰਦੀ ਆ ਵੀ ਪਾਣੀ ਦੀ ਬਾਲਟੀ ਪਾ ਕੇ ਬੁਝਾ ਦਿੱਤੇ ਜਾਂਦਾ ਪਰ ਜਿਹੜਾ ਇਹ ਮਸਲਾ ਹੈਗਾ ਇਹਨੂੰ ਥੋੜਾ ਜਿਹਾ ਤੁਸੀਂ ਲੋਕਾਂ ਨੂੰ ਦੱਸ ਦੋਗੇ ਵੀ ਜਿਹੜਾ ਇਹ ਪਾਣੀ ਦਿੱਤਾ ਜਾ ਰਿਹਾ ਹੈ ਕਿਹੜੀ ਕਨਾਲ ਰਾਹੀਂ ਕਿਉਂਕਿ ਮੈਨੂੰ ਇਹ ਮੇਰੀ ਵੀ ਮਨਛਾਹੀ ਵੀ ਲੋਕ ਇਹ ਜਾਣ ਸਕਣ ਵੀ ਅਸਲ ਦੇ ਵਿੱਚ ਕੀ ਕਹਾਣੀ ਆ ਇਸ ਦੀ ਪੰਜਾਬ ਦੇ ਦਰਿਆਵਾਂ ਦੇ ਵਿੱਚ ਜੋ ਅੰਕੜੇ ਆਪਣੇ ਕੋਲ ਮੌਜੂਦ ਨੇ ਵੱਖ-ਵੱਖ ਸਰਕਾਰੀ ਸਰੋਤਾਂ ਦੇ ਰਾਹੀਂ 304 ਲੱਖ ਏਕੜ ਫੁੱਟ ਦੇ ਕਰੀਬ ਪਾਣੀ ਹੈ 1 ਏਕੜ ਦੇ ਵਿੱਚ ਜੇ ਆਪਾਂ 1 ਫੁੱਟ ਪਾਣੀ ਖੜਾ ਕਰ ਦਈਏ ਉਹਨੂੰ 1 ਏਕੜ ਫੁੱਟ ਪਾਣੀ ਕਿਹਾ ਜਾਂਦਾ ਹੈ ਹਮ ਸਤਲੁਜ ਰਾਵੀ ਤੇ ਬਿਆਸ ਦਾ ਕੁੱਲ ਪਾਣੀ ਕਾਫੀ ਪੁਰਾਣੀ ਸੀਰੀਜ਼ ਹੈ 1980 ਦੀ ਉਹਦੇ ਮੁਤਾਬਕ 304 ਲੱਖ ਏਕੜ ਫੁੱਟ ਸੀਗਾ ਜਿਹਦੇ ਵਿੱਚੋਂ ਤਕਰੀਬਨ ਅੱਧਾ ਪਾਣੀ 150 ਲੱਖ ਏਕੜ ਫੁੱਟ ਦੇ ਕਰੀਬ ਤਿੰਨ ਸੂਬਿਆਂ ਨੂੰ ਜਿਨ੍ਹਾਂ ਦੇ ਵਿੱਚ ਦਿੱਲੀ ਹਰਿਆਣਾ ਤੇ ਪ੍ਰਮੁੱਖ ਰੂਪ ਦੇ ਵਿੱਚ ਰਾਜਸਥਾਨ ਇਹਨਾਂ ਨੂੰ ਜਾ ਰਿਹਾ ਹੈ ਜੀ ਦਿੱਲੀ ਨੂੰ ਕਿਸੇ ਵੀ ਨਹਿਰ ਦੇ ਰਾਹੀਂ ਸਿੱਧਾ ਪਾਣੀ ਨਹੀਂ ਜਾਂਦਾ ਉਹ ਹਰਿਆਣੇ ਦੇ ਯਮੁਨਾ ਦੇ ਹਿੱਸੇ ਦੇ ਪਾਣੀ ਦੇ ਵਿੱਚੋਂ 2 ਲੱਖ ਏਕੜ ਫੁੱਟ ਪਾਣੀ ਲੈ ਲੈਂਦੇ ਆ ਤੇ ਉਹਦੀ ਏਵਜ਼ ਦੇ ਵਿੱਚ ਪੰਜਾਬ ਦੇ ਪਾਣੀ ਦੇ ਹਿੱਸੇ ਦੇ ਵਿੱਚੋਂ 2 ਲੱਖ ਏਕੜ ਫੁੱਟ ਪਾਣੀ ਜਿਹੜਾ ਉਹ ਵਾਧੂ ਹਰਿਆਣੇ ਨੂੰ ਦੇ ਦਿੱਤਾ ਜਾਂਦਾ ਹੈ ਜੀ ਹਰਿਆਣੇ ਨੂੰ ਭਾਖੜਾ ਦੇ ਰਾਹੀਂ ਪ੍ਰਮੁੱਖ ਰੂਪ ਦੇ ਵਿੱਚ ਪਾਣੀ ਮਿਲ ਰਿਹਾ ਹੈ ਭਾਖੜਾ ਦਾ ਕੁਝ ਪਾਣੀ ਜਿਹੜਾ ਆ ਉਹ ਰਾਜਸਥਾਨ ਨੂੰ ਵੀ ਅੱਗੇ ਜਾਂਦਾ ਆ ਇਸੇ ਤਰ੍ਹਾਂ ਹੀ ਅੰਗਰੇਜ਼ਾਂ ਦੇ ਸਮੇਂ ਜਦੋਂ ਪੰਜਾਬ ਦੇ ਪਾਣੀਆਂ ਦੀ ਪਹਿਲੀ ਵਾਰੀ ਲੁੱਟ ਹੋਈ ਸੀਗੀ ਵਰਲਡ ਵਾਰ ਤੋਂ ਬਾਅਦ ਉਦੋਂ ਗੰਕ ਨਾਲ ਕੱਢੀ ਗਈ ਸੀ ਗੰਕ ਨਾਲ ਰਹੀ ਪਾਣੀ ਜਾਂਦਾ ਉਸ ਤੋਂ ਇਲਾਵਾ ਵੱਡੇ ਰੂਪ ਦੇ ਵਿੱਚ ਇੰਦਰਾ ਗਾਂਧੀ ਕਨਾਲ ਜਿਹਨੂੰ ਕਿਹਾ ਜਾਂਦਾ ਹੈ ਜਿਹੜੀ ਰਾਜਸਥਾਨ ਕਨਾਲ ਜੇ ਤੁਸੀਂ Google Earth ਦੇ ਉੱਪਰ ਜਾ ਕੇ ਦੇਖੋਗੇ ਤੇ ਉਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਲਗਭਗ ਉਹ ਗੁਜਰਾਤ ਦੇ ਸਰਹੱਦ ਤੱਕ ਉਹ ਚਲੀ ਜਾਂਦੀ ਹੈ। ਸੋ ਉਹਦੇ ਰਾਹੀਂ ਪ੍ਰਮੁੱਖ ਰੂਪ ਦੇ ਵਿੱਚ ਪਾਣੀ ਜਿਹੜਾ ਉਹ ਜਾ ਰਿਹਾ ਤੇ ਹੁਣ ਜੋ ਜਿਸ ਤਸਵੀਰ ਤੋਂ ਅੱਜ ਦੀ ਗੱਲ ਸ਼ੁਰੂ ਹੋਈ ਹੈ ਉਹਦੇ ਮੁਤਾਬਕ ਇਹ ਹੈ ਕਿ ਜਿਹੜੀ ਰਾਜਸਥਾਨ ਦੇ ਕਨਾਲ ਦੇ ਨਾਲ ਹੀ ਸਰਹੰਦ ਫੀਡਰ ਕਨਾਲ ਜਾਂਦੀ ਹੈ। ਉਹਦੇ ਵਿੱਚੋਂ ਵੀ 1200 ਕਿਊਸਿਕ ਪਾਣੀ ਹੋਰ ਰਾਜਸਥਾਨ ਨੂੰ ਛੱਡਣ ਦੀ ਗੱਲ ਕੀਤੀ ਗਈ। ਪੰਜਾਬ ਦੇ ਹਿੱਸੇ ਪੰਜਾਬ ਦੀਆਂ ਜੇ ਆਪਾਂ ਲੋੜਾਂ ਦੀ ਗੱਲ ਕਰੀਏ ਤੇ ਲਗਭਗ ਮੋٹے ਰੂਪ ਚ ਕਹਿ ਸਕਦੇ ਨੇ ਕਿ 4.50 ਲੱਖ ਏਕੜ ਫੁੱਟ ਪਾਣੀ ਪੰਜਾਬ ਨੂੰ ਆਪਣੀ ਘਰੇਲੂ ਅ ਕਾਰੋਬਾਰੀ ਜਿਹੜੀ ਆਪਣੀ ਕਾਰਖਾਨੇ ਆ ਵਗੈਰਾ ਚ ਚਾਹੀਦਾ ਤੇ ਜਿੰਨਾ ਖੇਤੀ ਵਾਸਤੇ ਚਾਹੀਦਾ 4.50 ਲੱਖ ਏਕੜ ਫੁੱਟ ਦੇ ਕਰੀਬ ਪਾਣੀ ਚਾਹੀਦਾ ਹੈ ਜੀ ਤੇ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ ਪੰਜਾਬ ਨੂੰ ਲਗਭਗ 150 ਲੱਖ ਏਕੜ ਫੁੱਟ ਪਾਣੀ ਜਿਹੜਾ ਆ ਉਹ ਮਿਲ ਰਿਹਾ ਸੋ 300 ਲੱਖ ਏਕੜ ਫੁੱਟ ਪਾਣੀ ਜਿਹੜਾ ਉਹ ਪੰਜਾਬ ਚ ਪਹਿਲਾਂ ਹੀ ਕਮੀ ਹੈ ਹੂੰ ਔਰ ਜਿਹੜਾ ਹੁਣ 1200 ਕਿਊਸਿਕ ਪਾਣੀ ਰਾਜਸਥਾਨ ਨੂੰ ਦੇਣ ਦੀ ਗੱਲ ਕੀਤੀ ਗਈ ਹੈ ਭਗਵੰਤ ਮਾਨ ਹੋਂਦੇ ਕੋਲ ਮੈਂ ਦੱਸਣਾ ਚਾਹੁੰਨਾ ਸਾਡਾ ਕੰਢੀ ਦਾ ਇਲਾਕਾ ਦੋ ਦਰਿਆਵਾਂ ਦੇ ਵਿੱਚ ਪੈਂਦਾ ਹੈ ਬਿਆਸ ਤੇ ਸਤਲੁਜ ਜਿਹੜੇ ਪੰਜਾਬ ਦੇ ਵੱਡੇ ਦਰਿਆ ਮੌਜੂਦਾ ਪੰਜਾਬ ਦੇ ਹਨ ਜੀ ਔਰ ਇਸ ਪੂਰੇ ਇਲਾਕੇ ਦੇ ਵਿੱਚ ਸਿੰਜਣ ਦੇ ਵਾਸਤੇ ਜਿਹੜਾ ਕੁੱਲ ਨਹਿਰੀ ਨੈਟਵਰਕ ਹੈ ਸਾਡੇ ਕੰਢੀ ਦੇ ਵਿੱਚ ਉਹਦਾ ਤੁਸੀਂ ਦੇਖ ਲੋਗੇ ਕੁੱਲ ਸਮਰੱਥਾ ਜਿਹੜੀ ਆ ਉਹ 1150 ਕਿਊਸਿਕ ਹੈ ਕੈਨ ਨੂੰ ਉਹ ਪੰਜ ਨਹਿਰਾਂ ਦਾ ਨੈਟਵਰਕ ਹੈ ਜਿਹਦੇ ਚ ਸ਼ਾਹ ਨਹਿਰ ਦੀ ਫੀਡਰ 1 ਹੈ ਫੀਡਰ 2 ਹੈ ਬਾਕੀ ਹੋਰ ਡਿਸਟ੍ਰੀਬਿਊਟਰੀਆਂ ਜਿਹੜੀਆਂ ਨੇ ਉਹ ਹੈਗੀਆਂ ਪੌਂਗ ਡੈਮ ਤਲਵਾੜੇ ਤੋਂ ਸਾਨੂੰ ਜਿਹੜਾ ਹੈਗਾ ਉਹ ਪਾਣੀ ਮਿਲਦਾ ਆ ਹੁਣ ਹੈ ਉਹ 1150 ਕਿਊਸਿਕ ਦਾ ਪਰ 500 ਕਿਊਸਿਕ ਤੋਂ ਜ਼ਿਆਦਾ ਉਹਦੇ ਵਿੱਚ ਪਾਣੀ ਸਾਲ ਦੇ ਵਿੱਚ ਨਹੀਂ ਚੱਲਦਾ ਸੋ ਇੰਨਾ ਕੁ ਪਾਣੀ ਚੱਲਦਾ ਹੈ ਹੁਣ ਕਿੰਨਾ ਪਾਣੀ ਹੈ ਜੇ 1200 ਕਿਊਸਿਕ ਆਪਾਂ ਮੰਨੀਏ 1 ਕਯੂਸਿਕ ਦਾ ਮਤਲਬ ਆ 1 ਫੁੱਟ ਬਾਈ 1 ਫੁੱਟ ਦਾ ਮੁਰਗਾ ਹੋਵੇ ਉਹਦੇ ਵਿੱਚੋਂ 1 ਸਕਿੰਟ ਦੇ ਵਿੱਚ ਜਿੰਨਾ ਪਾਣੀ ਲੰਘਿਆ ਉਹਨੂੰ ਕਹਿੰਦੇ 1 ਕਯੂਸਿਕ 1 ਕਯੂਬਿਕ ਫੀਟ ਪਰ ਸਕਿੰਡ ਹਾਂ ਸਾਢੇ 28 ਲੀਟਰ ਪਾਣੀ ਜਿਹੜਾ ਆ ਉਹ 1 ਸਕਿੰਟ ਚ ਪਾਰ ਹੋ ਜਾਂਦਾ 1 ਕਯੂਬਿਕ ਦੇ ਵਿੱਚੋਂ ਤੇ 1200 ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਪਾਣੀ ਆ 1 ਕਯੂਬਿਕ ਦਾ ਮੋਗਾ ਜਿਹੜਾ 1 ਕਯੂਸਿਕ ਦਾ ਮੋਗਾ ਆ ਜੇ ਉਹ 24 ਘੰਟੇ ਚੱਲ ਜਵੇ ਤੇ ਦੋ ਕਿੱਲਿਆਂ ਦੇ ਵਿੱਚ ਇੱਕ ਇੱਕ ਫੁੱਟ ਪਾਣੀ ਖੜਾ ਹੋ ਸਕਦਾ ਹੈ। ਦੋ ਏਕੜ ਫੁੱਟ ਪਾਣੀ ਜਿਹੜਾ ਆ ਉਹ 24 ਘੰਟਿਆਂ ਦੇ ਵਿੱਚ ਚਲਿਆ ਜਾਂਦਾ ਔਰ 1200 ਕਿਊਸਿਕ ਪਾਣੀ ਜਿਹੜਾ ਉਹ ਦੇਣਦੇ ਔਰ ਉਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਕੇਂਦਰ ਸਰਕਾਰ ਪੰਜਾਬ ਦੇ ਜਿਹੜੇ ਆਪਣੇ ਡਿਪਾਰਟਮੈਂਟ ਆ ਉਹਨਾਂ ਦੀ ਜਿਹੜੀ ਤਾਜ਼ਾ ਰਿਪੋਰਟ ਆਈ 22 ਦੀ ਪੰਜਾਬ ਦੇ ਗਰਾਊਂਡ ਵਾਟਰ ਦੀ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵੱਲੋਂ 150 ਦੇ ਵਿੱਚੋਂ 117 ਬਲਾਕ ਜਿਹੜੇ ਆ ਉਹ ਅਤਿ ਸ਼ੋਸ਼ਿਤ ਨੇ ਜਾਂ ਓਵਰ ਐਕਸਪਲੋਇਟਡ ਜਿੱਥੇ ਪਾਣੀ ਜ਼ਮੀਨ ਦੇ ਹੇਠਾਂ ਜਿੰਨਾ ਜਾ ਰਿਹਾ ਉਸ ਤੋਂ ਜ਼ਿਆਦਾ ਪਾਣੀ ਜ਼ਮੀਨ ਦੇ ਵਿੱਚੋਂ ਕੱਢਿਆ ਜਾ ਰਿਹਾ ਔਰ ਤੁਸੀਂ ਦੇਖੋ ਸਿਰਫ ਪੰਜਾਬ ਦਾ ਸੇਮ ਵਾਲਾ ਇਲਾਕਾ ਜਿੱਥੇ ਜ਼ਮੀਨ ਹੇਠਾਂ ਪਾਣੀ ਖਰਾਬ ਹੈ ਮੁਕਸਰ ਤੇ ਉਹਦੇ ਨਾਲ ਲੱਗਦਾ ਇਲਾਕਾ ਜੀ ਤੇ ਇਧਰੋਂ ਬਿਲਕੁਲ ਪਹਾੜਾਂ ਦੇ ਪੈਰਾਂ ਵਾਲੇ ਬਲਾਕ ਜਿਨ੍ਹਾਂ ਦੇ ਵਿੱਚ ਹਾਜੀਪੁਰ ਹੋ ਗਿਆ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਹੋਰ ਬਲਾਕ ਹੈਗੇ ਆ ਸੋ ਪਹਾੜਾਂ ਨੂੰ ਦੇ ਖਾਰੇ ਪਾਣੀ ਵਾਲੇ ਸੇਮ ਵਾਲੇ ਇਲਾਕੇ ਨੂੰ ਛੱਡ ਦਿਓ ਬਾਕੀ ਸਾਰੇ ਪੰਜਾਬ ਦਾ ਨਕਸ਼ਾ ਉਸ ਰਿਪੋਰਟ ਚ ਜਿਹੜਾ ਲੱਗਿਆ ਹੋਇਆ ਲਾਲ ਰੰਗ ਦਾ ਜਿਹਦਾ ਮਤਲਬ ਇਹ ਹੈ ਕਿ ਉਹ ਪਾਣੀ ਸਾਰੇ ਪੰਜਾਬ ਦੇ ਵਿੱਚੋਂ ਧਰਤੀ ਚੋਂ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੁਣ ਤਾਂ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਨੇ ਜਿਹਦੇ ਵਿੱਚ ਇਹ ਗੱਲ ਆਈ 2017 ਦੇ ਵਿੱਚ ਸਾਹਮਣੇ ਕਿ ਪੰਜਾਬ ਦੀ ਧਰਤੀ ਹੇਠਾਂ 22 ਸਾਲ ਦਾ ਪਾਣੀ ਜਿਹੜਾ ਆ ਉਹ ਬਚਿਆ ਸੋ ਇਦਾਂ ਨਹੀਂ ਇਵਨ ਉਹ ਵੀ ਛੱਡੋ ਪਿਛਲੀ ਵਿਧਾਨ ਸਭਾ ਦੇ ਦੌਰਾਨ 6 ਐਮਐਲਏਾਂ ਦੀ ਕਮੇਟੀ ਬਣੀ ਜੀ ਗਰਾਊਂਡ ਵਾਟਰ ਦਾ ਜਿਹੜਾ ਸਾਰਾ ਹਾਲਾਤ ਹੈਗੇ ਆ ਉਹਦੇ ਤੇ ਧਿਆਨ ਦੇਣ ਦੇ ਵਾਸਤੇ ਹਾਂ ਉਹਦੇ ਵੱਲੋਂ ਸਾਲ 2021 ਦੇ ਵਿੱਚ ਰਿਪੋਰਟ ਜਿਹੜੀ ਆ ਉਹ ਰਿਲੀਜ਼ ਕੀਤੀ ਗਈ ਜੀ ਪੰਜਾਬ ਵਿਧਾਨ ਸਭਾ ਦੀ ਆਪਣੀ ਰਿਪੋਰਟ ਦੱਸ ਰਹੀ ਹੈ ਕਿ ਅਸੀਂ ਸੱਭਿਆਤਾ ਦੇ ਕ੍ਰਾਈਸਿਸ ਦੇ ਉੱਪਰ ਆ ਕੇ ਖੜੇ ਹਾਂ ਹੂੰ ਸੋ ਇਹ ਜਿਹੇ ਹਾਲਾਤ ਦੇ ਵਿੱਚ ਜੇਕਰ ਇੱਕ ਸੂਬੇ ਦੇ ਆਗੂ ਦੇ ਵੱਲੋਂ ਜਾਂ ਸੂਬੇਦਾਰ ਦੇ ਵੱਲੋਂ ਉਸ ਸਮੇਂ ਜਦੋਂ ਸਭ ਤੋਂ ਵੱਧ ਪਾਣੀ ਦੀ ਜ਼ਰੂਰਤ ਪੰਜਾਬ ਦੇ ਵਿੱਚ ਹੋਣੀ ਹੈ ਔਰ ਜਦੋਂ ਇੱਕ ੱੱਕੇ ਨਾਲ ਹੀ ਮੈਂ ਕਹੂੰਗਾ ਵੀ ਜਿਹੜੀ ਝੋਨੇ ਦੀ ਫਸਲ ਪੰਜਾਬ ਚ ਲਵਾਈ ਜਾਂਦੀ ਹਾਲਾਂਕਿ ਬੜੇ ਆਰਗੂਮੈਂਟ ਦਿੱਤੇ ਜਾਂਦੇ ਕਿ ੱੱਕੇ ਨਾਲ ਨਹੀਂ ਹੈ ਪਰ ਜਦੋਂ ਤੁਸੀਂ ਕਿਸਾਨਾਂ ਨੂੰ ਮਿਲਦੇ ਹੋ ਸੈਂਟਰ ਸਟੇਟ ਰਿਲੇਸ਼ਨਸ਼ਿਪ ਚ ਫਾਈਨੈਂਸ਼ੀਅਲ ਰਿਲੇਸ਼ਨਸ ਨੂੰ ਪੜ੍ਹਦੇ ਹੋ ਤੇ ਖਾਸ ਕਰਕੇ ਐਕਸਪੋਰਟ ਕੰਟਰੋਲ ਲਿਸਟ ਆ ਜਿਹੜੀ ਕੇਂਦਰ ਦੀ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੀ ਹੈ ਹੂੰ ਦੋ ਪ੍ਰਮੁੱਖ ਫਸਲਾਂ ਜਿਹੜੀਆਂ ਬਦਲ ਹੋ ਸਕਦੀਆਂ ਸੀਗੀਆਂ ਬਾਸਮਤੀ ਭਾਵੇਂ ਝੋਨੇ ਦੀ ਕਿਸਮ ਹੈ ਪਰ ਪਾਣੀ ਦੀ ਖਪਤ ਝੋਨੇ ਨਾਲੋਂ ਘੱਟ ਹੈ ਤੇ ਦੂਜੀ ਕਪਾਹ ਹੂੰ ਦੋਵਾਂ ਨੂੰ ਐਕਸਪੋਰਟ ਕੰਟਰੋਲ ਲਿਸਟ ਦੇ ਰਾਹੀਂ ਹੀ ਸੈਂਟਰ ਨੇ ਪੰਜਾਬ ਦੇ ਵਿੱਚੋਂ ਹਟਾਇਆ ਜਦੋਂ ਫਸਲ ਵਿਕਣੀ ਹੁੰਦੀ ਆ ਉਹਨਾਂ ਦਾ ਐਕਸਪੋਰਟ ਬੈਨ ਕਰ ਦਿੰਦੇ ਆ ਫਸਲ ਸਸਤੀ ਹੋ ਜਾਂਦੀ ਆ ਜ਼ਿਮੀਦਾਰ ਦੀ ਕਾਢੀਆਂ ਦੇ ਭਾਅ ਵਿਕਦੀ ਆ ਜਦੋਂ ਛਾਹੂਕਾਰ ਖਰੀਦ ਲੈਂਦਾ ਆ ਉਸ ਤੋਂ ਬਾਅਦ ਦੇ ਵਿੱਚ ਉਹ ਫਸਲ ਵੇਚਣ ਤੋਂ ਬਾਅਦ ਐਕਸਪੋਰਟ ਲਿਸਟ ਚੋਂ ਕੱਢ ਦਿੰਦੇ ਆ ਵੇਣ ਵਾਲੀ ਚੋਂ ਉਹ ਬਾਹਰ ਜਾਣੀ ਹੁੰਦੀ ਆ ਉਹ ਮੁਨਾਫਾ ਘਟ ਜਾਂਦੇ ਆ ਇਹ ਬੜਾ ਵੱਡਾ ਕਾਰਨ ਆ ਕਿ ਜਿਹੜਾ ਟਿੱਬਿਆਂ ਵਾਲਾ ਇਲਾਕਾ ਸੀਗਾ ਜੀ ਜਿੱਥੇ ਕਪਾਹ ਹੁੰਦੀ ਸੀ ਜਿੱਥੇ ਨਰਮਾ ਹੁੰਦਾ ਸੀਗਾ ਮੰਗਸਾ ਤਲਵੰਡੀ ਆ ਉਹਨੂੰ ਸਾਰੇ ਨੂੰ ਛੱਡ ਕੇ ਲੋਕ ਹੁਣ ਝੋਨੇ ਵਾਲ ਨੂੰ ਚਲੇ ਗਏ ਔਰ ਪਾਣੀ ਦਾ ਖੌ ਔਰ ਖਾਸ ਕਰਕੇ ਜਿੱਥੇ ਪਤਾ ਆ ਕਿ ਜ਼ਮੀਨ ਦੇ ਢੇਠਾ ਭਾਰੀ ਤੱਤ ਨੇ ਜੇ ਉਹ ਕੱਢ ਕੇ ਉੱਪਰ ਲੈ ਜਾਂਦੇ ਸਾਡੀ ਫੂਡ 체ਨਜ ਆ ਜਾਣੇ ਦ ਫੂਡ ਚੇਨ ਚ ਆਏ ਹਮ ਆਰਸੈਨਿਕ ਜ਼ਮੀਨ ਦੇ ਵਿੱਚੋਂ ਸਰਫੇਸ ਦੇ ਉੱਪਰ ਆ ਰਿਹਾ ਉਹਦੇ ਨਾਲ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਸੋ ਅਜਿਹੇ ਹਾਲਾਤ ਦੇ ਵਿੱਚ 1200 ਕਿਊਸਿਕ ਪਾਣੀ ਹੋਰ ਦੇਣ ਦੀ ਗੱਲ ਕਰਨੀ ਇਹ ਮਤਲਬ ਬੜੀ ਪੰਜਾਬ ਦੇ ਨਾਲ ਬੜੇ ਦੁਕਾਨਤਾਲੀ ਮੰਨ ਭਾਗੀ ਗੱਲ ਹੈ ਹਾਲਾਂਕਿ ਇੰਟਰਨੈਸ਼ਨਲ ਹਾਲਾਤ ਤਾਂ ਇਦਾਂ ਦੇ ਬਣ ਰਹੇ ਆ ਇੰਡੀਆ ਆਪ ਇਸ ਤਰ੍ਹਾਂ ਦੇ ਸਟਾਂਸ ਲੈ ਰਿਹਾ ਹੈ ਇੰਡਸ ਵਾਟਰ ਟ੍ਰੀਟੀ ਦੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ 25 ਜਨਵਰੀ ਨੂੰ ਨੋਟਿਸ ਜਾਰੀ ਕੀਤਾ ਆ ਪਾਕਿਸਤਾਨ ਨੂੰ ਕਿ ਪਿਛਲੇ 62 ਸਾਲਾਂ ਦਾ ਤਜਰਬਾ ਤੇ ਅੱਜ ਦੇ ਹਾਲਾਤਾਂ ਦੇ ਮੱਦੇ ਨਜ਼ਰ ਜਿਹੜਾ ਉਹ ਸਮਝੌਤਾ ਵਰਲਡ ਬੈਂਕ ਦੀ ਸਾਲਸੀ ਨਾਲ ਹੋਇਆ ਸੀ 9 ਸਾਲ ਗੱਲਬਾਤ ਚੱਲਣ ਤੋਂ ਬਾਅਦ ਉਹਦੇ ਵਿੱਚ ਤਰਮੀਮ ਕਰੋ ਹੂੰ ਸੋ ਜਦੋਂ ਇੰਡੀਆ ਇੱਕ ਕੁਮਾਂਤਰੀ ਸਮਝੌਤੇ ਦੇ ਬਾਰੇ ਦੇ ਵਿੱਚ ਇਹ ਕਹਿ ਰਿਹਾ ਕਿ ਹੁਣ ਦੇ ਹਾਲਾਤ ਤੇ 62 ਸਾਲ ਦੇ ਤਜਰਬੇ ਨੂੰ ਧਿਆਨ ਚ ਰੱਖ ਕੇ ਕਰੋ ਤੇ ਚਾਹੀਦਾ ਦੇ ਆ ਕਿ ਪੰਜਾਬ ਸਰਕਾਰ ਇਹ ਸਟਾਂਸ ਲਵੇ ਕਿ ਜੇ ਉਹ ਸਮਝੌਤਾ ਬਦਲਿਆ ਜਾ ਸਕਦਾ ਹੈ ਤੇ ਪੰਜਾਬ ਦੇ ਪਾਣੀਆਂ ਦੀ ਡਿਸਟ੍ਰਿਬਿਊਸ਼ਨ ਬਦਲਣੀ ਚਾਹੀਦੀ ਇਹ ਨਾ ਉਪਜਾਊ ਖਿੱਤਾ ਬੰਜਰ ਹੋਣ ਦੀ ਕਗਾਰ ਦੇ ਉੱਤੇ ਖੜਾ ਹੋਵੇ ਤੁਸੀਂ ਜੋ ਪਿਛਲੀਆਂ ਇਤਿਹਾਸ ਦੀਆਂ ਗਲਤੀਆਂ ਉਹ ਸਹੀ ਕਰਨ ਦੀ ਬਜਾਏ ਬਿਲਕੁਲ ਉਹਨਾਂ ਹੀ ਸੂਬੇਦਾਰਾਂ ਦੇ ਪਦ ਜਿਨ੍ਹਾਂ ਦੇ ਉੱਪਰ ਚੱਲ ਰਹੇ ਹਾਂ ਜਾਂ ਉਹਨਾਂ ਦੇ ਬੂਟਾਂ 'ਚ ਪੈਰ ਪਾ ਕੇ ਪੰਜਾਬ ਦੇ ਵਿਰੋਧੀ ਗੱਲਾਂ ਕਰ ਰਹੇ ਹਾਂ ਬੜੀ ਵੱਡੀ ਤਰਾਸ ਦੀ ਹੈ ਖਾਸ ਕਰਕੇ ਉਹ ਧਰਤੀ ਜਿੱਥੇ ਹਰ ਇੱਕ ਫਸਲ ਹੁੰਦੀ ਹੈ ਦੇਖੋ ਫੂਡ ਸਿਕਿਉਰਿਟੀ ਦੁਨੀਆ ਦਾ ਬਹੁਤ ਵੱਡਾ ਮਸਲਾ ਵਾਂਗ ਹੈ ਖਾਸ ਕਰਕੇ ਮੌਸਮੀ ਤਬਦੀਲੀ ਤੇ ਆਲਮੀ ਤਪਸ਼ ਦੇ ਜਿਸ ਤਰ੍ਹਾਂ ਦੇ ਤੁਸੀਂ ਅਖਬਾਰਾਂ ਦਾ ਮੌਸਮ ਵਾਲਾ ਪੰਨਾ ਪੜੋ ਜਾਂ ਕੋਈ ਅਖਬਾਰ ਅੱਜਕੱਲ ਐਕਸਪਲੇਨਡ ਸ਼ਾਪਤੇ ਨੇ ਉਹਨਾਂ ਨੂੰ ਦੇਖੋ ਪਤਾ ਲੱਗ ਰਿਹਾ ਹੈ ਕਿ ਜਿਹੜੀਆਂ ਆਲਮੀ ਤਪਸ਼ ਦੀਆਂ ਤਬਦੀਲੀਆਂ ਮੌਸਮੀ ਤਬਦੀਲੀਆਂ ਆਪਾਂ ਕਹਿ ਰਹੇ ਸੀ ਕਿ ਲਾਗੂ ਹੋਣੀਆਂ ਉਹਨਾਂ ਦਾ ਚੱਕਰ ਸ਼ੁਰੂ ਹੋ ਗਿਆ ਸਭ ਨੂੰ ਪਤਾ ਹੈ ਪਿਛਲੇ ਸਾਲ ਜਿਸ ਤਰੀਕੇ ਦੇ ਨਾਲ ਕਣਕ ਦੀ ਵਾਢੀ ਤੋਂ ਪਹਿਲਾਂ ਜਾਂ ਉਸ ਫਸਲ ਦੇ ਉਸ ਸਮੇਂ ਦੇ ਦੌਰਾਨ ਲੋਤ ਕਾਰਨ ਫਸਲ ਨੁਕਸਾਨੀ ਗਈ ਸੀ ਇਸ ਵਾਰ ਮੀਂਹਾਂ ਦੇ ਨਾਲ ਨੁਕਸਾਨੀ ਗਈ ਹੈ ਹਮ ਤੇ ਪਿਛਲੇ ਸਾਲ ਇੰਡੀਆ ਦੇ ਕਿੰਨੇ ਵੱਡੇ ਹਿੱਸੇ ਆ ਯੂਪੀ ਵਗੈਰਾ ਦੇ ਵਿੱਚ ਇਸ ਹਿਸਾਬ ਦੇ ਨਾਲ ਦੋ ਤਰ੍ਹਾਂ ਦੇ ਵਰਤਾਰੇ ਚੱਲੇ ਉੜੀਸਾ ਵਗੈਰਾ ਚ ਹੜ੍ਹ ਆਈ ਗਏ ਜਿਹਦੇ ਕਰਕੇ ਝੋਨਾ ਲਾ ਨਹੀਂ ਹੋਇਆ ਹਮ ਠੀਕ ਹੈ ਤੇ ਯੂਪੀ ਦਾ ਜਿਹੜਾ ਇਲਾਕਾ ਹੈਗਾ ਆ ਉਹਦੇ ਵਿੱਚ ਸੋਕਾ ਪੈਣ ਕਰਕੇ ਝੋਨਾ ਜਿਹੜਾ ਸੀ ਉਹ ਨਹੀਂ ਲੱਗ ਸਕਿਆ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਇੱਕ ਫੂਡ ਸਿਕਿਉਰਟੀ ਦੇ ਪੱਖ ਤੋਂ ਕਰ ਰਿਹਾ ਹੈ ਔਰ ਬਿਲਕੁਲ ਆਪਣਾ ਪੀਣ ਵਾਲਾ ਪਾਣੀ ਜਿਹੜਾ ਆ ਜਿਹੜਾ ਯੁੱਗਾਂ ਚ ਇਕੱਠਾ ਹੋਇਆ ਸੀਗਾ ਉਸ ਪਾਣੀ ਦੇ ਰੂਪ ਦੇ ਵਿੱਚ ਕੱਲਾ ਝੋਨਾ ਨਹੀਂ ਪੰਜਾਬ ਤੋਂ ਬਾਹਰ ਜਾ ਰਿਹਾ ਪੰਜਾਬ ਦਾ ਪਾਣੀ ਬਾਹਰ ਜਾ ਰਿਹਾ ਬੇਸਿਕਲੀ ਤੇ ਉਸ ਸਮੇਂ ਦੇ ਵਿੱਚ ਜਦੋਂ ਇਹ ਦੇਖਣਾ ਚਾਹੀਦਾ ਕਿ ਜਿਹੜੇ ਪ੍ਰੋਜੈਕਟ ਸੀਗੇ ਜਿਨ੍ਹਾਂ ਦੇ ਬਾਰੇ ਯੂਐਸ ਬਿਊਰੋ ਆਫ ਰੈਕਲੇਮੇਸ਼ਨ ਨੇ ਇਹ ਗੱਲਾਂ ਕਹੀਆਂ ਸੀਗੀਆਂ ਕਿ ਇਹਨਾਂ ਪਾਣੀਆਂ ਦੀ ਬਿਹਤਰ ਵਰਤੋਂ ਅਲੋਂਗ ਦੀ ਰਿਵਰ ਹੋ ਸਕਦੀ ਹੈ ਤੇ ਜਿਨ੍ਹਾਂ ਨੂੰ ਅਸੀਂ ਦਰਿਆਵਾਂ ਤੋਂ ਇੰਨੀ ਦੂਰ ਲਿਜਾ ਕੇ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ਖੁਆਰ ਕੀਤਾ ਹੋਇਆ ਵੀ ਉਹਨਾਂ ਨੂੰ ਆਂਡੂ ਕਰਨ ਬਾਰੇ ਸੋਚਣਾ ਚਾਹੀਦਾ ਇਹ ਦੇਖਣਾ ਚਾਹੀਦਾ ਕਿ ਇਹ ਕੱਲੀ ਇੰਡੀਆ ਦੀ ਨਹੀਂ ਇਹ ਦੁਨੀਆ ਦੀ ਫੂਡ ਸਿਕਿਉਰਿਟੀ ਦਾ ਮਸਲਾ ਆ ਔਰ ਉਹਦੇ ਤਹਿਤ ਤੁਸੀਂ ਦੇਖੋਗੇ ਪਾਣੀ ਦੀ ਵਰਤੋਂ ਜੁਡੀਸ਼ੀਅਸ ਵਰਤੋਂ ਤਾਂ ਉੱਥੇ ਹੀ ਹੋ ਸਕਦੀ ਲਾ ਕਿ ਜਿੱਥੇ ਉਪਰ ਜ਼ਿਆਦਾ ਆ ਹੂੰ ਦਵਿੰਦਰ ਸ਼ਰਮਾ ਹੋਣੀ ਇਹ ਗੱਲ ਕਹਿੰਦੇ ਹੁੰਦੇ ਉਹ ਕਹਿੰਦੇ ਕਿ ਜੇਕਰ ਮੌਜੂਦਾ ਪੰਜਾਬ ਜਿਹੜਾ ਕਿ ਟਾ ਰਹੀ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਹੈਗਾ ਇਹਨੂੰ ਆਪਾਂ ਇੱਕ ਇੰਡੀਪੈਂਡੈਂਟ ਕੰਟਰੀ ਮੰਨ ਲਈਏ ਤੇ ਖੇਤੀ ਉਪਜ ਦੇ ਪੱਖੋਂ ਇੰਨਾ ਛੋਟੇ ਜਿਹੇ ਖਿੱਤੇ ਦਾ شمار ਦੁਨੀਆ ਦੇ ਸਿਖਰਲੇ ਪੰਜ ਖੇਤੀ ਉਤਪਾਦਕ ਖਿੱਤਿਆਂ ਦੇ ਵਿੱਚ ਹੁੰਦਾ ਹੈ। ਹੂੰ ਪੰਜ ਜਿਹੜੇ ਟਾਪ ਕੰਟਰੀਜ਼ ਨੇ ਉਹਨਾਂ ਚੋਂ ਇੱਕ ਪੰਜਾਬ ਬਣਦਾ ਜੇ ਅਸੀਂ ਇਹਨੂੰ ਇੱਕ ਕੰਟਰੀ ਮੰਨ ਕੇ ਚੱਲੀਏ ਇਹ ਗੱਲ ਦਵਿੰਦਰ ਸ਼ਰਮਾ ਹੋਰਾਂ ਨੇ ਇੱਕ ਮੀਟਿੰਗ 'ਚ ਕਹੀ ਮੈਂ ਉਹਨਾਂ ਦੇ ਮੂੰਹੋਂ ਸੁਣੀ ਸੋ ਇੰਨੇ ਉਪਜਾਊ ਖਿੱਤੇ ਨੂੰ ਕੁਦਰਤੀ ਸਰੋਤ ਤੋਂ ਵਾਂਝਿਆ ਕਰਨਾ ਤੇ ਜ਼ਮੀਨ ਹੇਠਲਾ ਪਾਣੀ ਜਿਹੜਾ ਆ ਉਹ ਕਰਨਾ ਔਰ ਦਾ ਹਿੰਦੂ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਇਹ ਖਬਰ ਲੱਗੀ ਕਿਉਂਕਿ ਅਸੀਂ ਵੀ ਜਦੋਂ ਇਹ ਮਸਲਾ ਪੜਦੇ ਰਹੇ 2018 ਦੇ ਵਿੱਚ ਅਸੀਂ 6 ਸਟੂਡੈਂਟਸ ਫੈਡਰੇਸ਼ਨ ਵੱਲੋਂ ਇੱਕ ਕਿਤਾਬਚਾ ਵੀ ਛਾਪਿਆ ਜਲ ਬਿੰਸਾਖ ਕੁਮਲਾਵਤੀ Google ਦੇ ਉੱਪਰ ਸਰਚ ਕੀਤੇ ਉਹ ਮਿਲ ਜਾਂਦਾ ਤੇ ਉਹਦੇ ਤੇ ਗੱਲ ਲਿਆਂਦੀ ਸੀ ਕਿ ਦੁਨੀਆਂ 'ਚ ਬਹੁਤ ਥਾਵਾਂ ਦੇ ਉੱਪਰ ਪਾਣੀ ਜ਼ਿਆਦਾ ਕੱਢ ਲੈਣ ਕਰਕੇ ਜ਼ਮੀਨ ਗਰਕਣ ਦਾ ਵਰਤਾਰਾ ਸਾਹਮਣੇ ਆਉਂਦਾ ਹ ਹਮ ਔਰ ਉਦੋਂ ਮੋਗੇ ਦਾ ਇੱਕ ਇਨਸੀਡੈਂਟ ਸਾਡੇ ਧਿਆਨ ਵਿੱਚ ਵੀ ਆਇਆ ਕਿ ਜਿੱਥੇ ਇੱਕ ਮਾਈ ਇੱਕ ਸਮਰਸੀਬਲ ਬੰਦ ਹੋਇਆ ਸੀ ਉਹਦੀ ਫਾਊਂਡੇਸ਼ਨ ਦੇ ਉੱਪਰ ਬੈਠ ਕੇ ਉਹ ਕਪੜੇ ਧੋ ਰਹੀ ਸੀਗੀ ਉਹ ਥਾਪੀ ਦੀ ਥਪਥ ਪਹਾੜ ਦੇ ਨਾਲ ਹੀ ਮਤਲਬ ਜਿਹੜੀ ਵਾਈਬ੍ਰੇਸ਼ਨ ਹੋਈ ਉਹ ਜ਼ਮੀਨ ਲਗਭਗ 20-25 ਫੁੱਟ ਹੇਠਾਂ ਗਰਕ ਗਈ ਹੂੰ ਉਹਦੀ ਲਾਸ਼ ਜਿਹੜੀ ਆ ਉਹ ਵੀ 25 ਫੁੱਟ ਤੋਂ ਮਿਲੀ ਜੀਨ ਆਪਣੇ ਗਵਾਂਡੀ ਸੂਬੇ ਹਰਿਆਣਾ ਕਿਉਂਕਿ ਜੀਨ ਉੱਥੋਂ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈਗਾ ਜ਼ਮੀਨੀ ਪਾਣੀ ਦੇ ਪੱਧਰ ਤੇ ਉੱਥੋਂ ਦੀ ਵੀ ਅਸੀਂ ਇੱਕ ਖਬਰ 2008 ਦੇ ਵਿੱਚ ਹੀ ਦੇਖੀ ਸੀਗੀ ਕਿ ਜਿਹਦੇ ਵਿੱਚ ਇੱਕ ਮੋਟਰ ਦੇ ਕਿਨਾਰੇ ਦੇ ਉੱਤੇ ਉਹਨਾਂ ਨੇ ਟਰੈਕਟਰ ਖੜਾ ਕੀਤਾ ਉਦੀ ਵਾਈਬ੍ਰੇਸ਼ਨ ਦੇ ਨਾਲ ਉਹ ਉਥੇ ਜ਼ਮੀਨ بیٹھ ਗਈ ਤਾਂ ਉਹ तकरीबन 20-25 ਫੁੱਟ ਤੋਂ ਉਹਨਾਂ ਨੂੰ ਟਰੈਕਟਰ ਜਿਹੜਾ ਉਹ ਮੁੜ ਕੇ ਕ੍ਰੇਨਾਂ ਦੇ ਨਾਲ ਖਿੱਚ ਕੇ ਕੱਢਣਾ ਪਿਆ ਮੈਕਸੀਕੋ ਸ਼ਹਿਰ ਦੁਨੀਆ ਦਾ ਪੂਰੇ ਦਾ ਪੂਰਾ ਸ਼ਹਿਰ 1.5 ਫੁੱਟ ਦੇ ਕਰੀਬ ਹਰ ਸਾਲ ਜ਼ਮੀਨ ਦੇ ਵਿੱਚ ਤਸ ਜਾਂਦਾ ਹੈ ਕਿਉਂਕਿ ਉੱਦੀ ਜ਼ਮੀਨ ਦੇ ਹੇਠੋਂ ਪਾਣੀ ਜ਼ਿਆਦਾ ਮਾਤਰਾ 'ਚ ਕੱਢ ਲਿਆ ਗਿਆ ਹੁਣ ਦਾ ਹਿੰਦੂ ਦੇ ਵਿੱਚ ਧੰਨਵਾਦ ਆਈਟੀ ਆਈਆਈਟੀ ਦੇ ਇੱਕ ਪ੍ਰੋਫੈਸਰ ਦੇ ਹਵਾਲੇ ਦੇ ਨਾਲ ਖਬਰ ਲੱਗੀ ਪਿਛਲੇ ਦਿਨਾਂ ਦੇ ਦੌਰਾਨ ਪਿਛਲੇ ਹਫਤੇ ਦੇ ਵਿੱਚ ਹੀ ਕਿ ਪੰਜਾਬ ਦੇ ਵਿੱਚ ਇਹ ਵਰਤਾਰਾ ਜਿਹੜਾ ਆ ਉਹ ਸਾਹਮਣੇ ਆ ਰਿਹਾ ਹੈ ਅਸੀਂ ਉਦੋਂ ਤੋਂ ਵੀ ਸचेत ਕਰ ਰਹੇ ਸੀਗੇ ਫਿਰ ਸਾਨੂੰ ਇਹ ਵੀ ਲੱਗਿਆ ਵੀ ਹੋ ਸਕਦਾ ਕਿ ਪੰਜਾਬ ਦੀ ਜ਼ਮੀਨ ਦੀ ਕੋਈ ਸੋਇਲ ਬੰਡਰ ਇਦਾਂ ਦੀ ਹੋਵੇ ਕਿ ਜਿੱਥੇ ਏਡਾ ਵੱਡਾ ਖਤਸ਼ਾ ਜਿਹੜਾ ਆ ਉਹ ਸਾਹਮਣੇ ਨਹੀਂ ਆ ਰਿਹਾ ਪਰ ਉਹਨਾਂ ਨੇ ਦੱਸਿਆ ਕਿ ਜੋ ਸੈਟਲਾਈਟ ਡਾਟਾ ਮਿਲ ਰਿਹਾ ਹੈ ਉਹਦੇ ਤੋਂ ਲੈਂਡ ਸਬਸਿਡੈਂਸ ਦੇ ਜਿਹੜੇ ਇਨਸੀਡੈਂਟ ਹੈਗੇ ਆ ਉਹ ਸਾਹਮਣੇ ਆ ਰਹੇ ਆ ਪੰਜਾਬ ਦੇ ਵਿੱਚ ਵੀ ਆ ਰਹੇ ਆ ਹਰਿਆਣੇ ਦੇ ਵਿੱਚ ਵੀ ਆ ਰਹੇ ਜਿੰਨਾ ਥਾਵਾਂ ਦੇ ਉੱਪਰ ਗਰਮ ਖਿੱਤਿਆਂ 'ਚ ਝੋਨਾ ਲਵਾਇਆ ਜਾ ਰਿਹਾ ਉੱਥੇ ਜ਼ਮੀਨ ਹੀਟਾਂ ਬੈਠ ਰਹੀ ਆ ਆਪਣੇ ਲਈ ਵੱਡੀ ਘਬਰਾਉਣ ਵਾਲੀ ਗੱਲ ਇਹ ਹੈਗੀ ਕਿ ਇੱਕ ਤਾਂ ਸਾਡੀ ਬਹੁਤ ਵੱਡੀ ਆਬਾਦੀ ਮੋਟਰਾਂ ਦੇ ਕੰਢਿਆਂ ਦੇ ਉੱਪਰ ਰਹਿੰਦੀ ਆ ਜੀ ਦੂਜਾ ਅਸੀਂ ਜਿਹੜੀ ਇਮਾਰਤ ਸਾਂਝੀ ਕਰਦੇ ਆ ਉਹ ਬਹੁਤ ਜ਼ਿਆਦਾ ਭਾਰੀ ਆ ਦੁਨੀਆਂ ਦੇ ਵਿੱਚ ਤਾਂ ਲੱਕੜ ਦੇ ਘਰ ਹੁੰਦੇ ਨੇ ਅਸੀਂ ਸੀਮੰਟ ਸਰੀਆ ਇੱਟਾਂ ਹਰ ਇੱਕ ਭਾਰੀ ਚੀਜ਼ ਦੇ ਨਾਲ ਕਰਦੇ ਆ ਸੋ ਜੇ ਹੇ ਤਨਵਾਦ ਯੂਨੀਵਰਸਿਟੀ ਆਈਆਈਟੀ ਦੀ ਜਿਹੜੀ ਖੋਜ ਉਹ ਸਹੀ ਲਾਈਨ ਦੇ ਉੱਪਰ ਹੀ ਹੈਗੀ ਆ ਜਿਹੜੀ ਕਿ ਲੱਗਦੀ ਆ ਕਿ ਹੈ ਆ ਤੇ ਪੰਜਾਬ ਆਉਂਦੇ ਸਮੇਂ ਦੇ ਵਿੱਚ ਸਿਰਫ ਪਾਣੀ ਮੁੱਕਣ ਦੇ ਉਹਦੇ ਵੱਲ ਨੂੰ ਨਹੀਂ ਵੱਧ ਰਿਹਾ ਆਉਂਦੇ ਸਮੇਂ ਦੇ ਵਿੱਚ ਸਾਨੂੰ ਸਾਡੀ ਧਰਤੀ ਖੁੱਸਣ ਦੇ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜੇ ਕਿਸੇ ਨੂੰ ਸ਼ੱਕ ਆ ਉਹ ਮੈਕਸੀਕੋ ਸਿੰਕਿੰਗ ਸਿਟੀ ਕਰਕੇ ਤੁਸੀਂ ਸਰਚ ਮਾਰ ਤੁਹਾਨੂੰ ਪਤਾ ਲੱਗ ਸਕਦਾ ਕਿ ਉਹ ਸਭਿਅਤਾ ਦਾ ਕਿਸ ਤਰੀਕੇ ਦੇ ਨਾਲ ਵਿਨਾਸ਼ ਹੋ ਰਿਹਾ ਸੋ ਪਾਣੀ ਦਾ ਮਸਲਾ ਦਰਿਆਈ ਪਾਣੀ ਦਾ ਮਸਲਾ ਇਹ ਕਿਸੇ ਸਿਆਸਤ ਦਾ ਮਸਲਾ ਨਹੀਂ ਹੂੰ ਇਹ ਕਿਸੇ ਧਰਮ ਦਾ ਕਿਸੇ ਹੋਰ ਇਦਾਂ ਦੇ ਛੋਟੇ ਮਫਾਦ ਦਾ ਨਹੀਂ ਇਹ ਜੀਵਨ ਹੋਂਦ ਦਾ ਕੁਦਰਤ ਦੇ ਨਾਲ ਹੂੰ ਜੁੜਿਆ ਹੋਇਆ ਮਸਲਾ ਹਰ ਇੱਕ ਕੁਦਰਤ ਪਸੰਦ ਨੂੰ ਹਰ ਇੱਕ ਪੰਜਾਬ ਪੱਖੀ ਨੂੰ ਇਹਦੇ ਬਾਰੇ ਬਹੁਤ ਗੰਭੀਰ ਹੋਣਾ ਚਾਹੀਦਾ ਔਰ ਇਹ ਜਿਹੜਾ ਫੈਸਲਾ ਆਇਆ ਆ ਇਹ ਰੁਕਵਾਉਣਾ ਚਾਹੀਦਾ ਮੈਂ ਪੰਜਾਬ ਦੇ ਕੋਈ ਗੱਜ ਜੀ ਮਾਫੀ ਚਾਹੂੰਗਾ ਇਹਦੇ ਨਾਲ ਹੀ ਜੁੜੀ ਵੀ ਇੱਕ ਗੱਲ ਜਿਵੇਂ ਤੁਸੀਂ ਕਿਹਾ ਵੀ ਪਾਣੀ ਦਾ ਮਸਲਾ ਕੋਈ ਸਿਆਸੀ ਮਸਲਾ ਨਹੀਂ ਪਰ ਜੇ ਤੁਸੀਂ ਇਹਦੇ ਨਾਲ ਸਿਆਸਤ ਹੀ ਚਲੋ ਆਪਾਂ ਜੋੜ ਲੈਨੇ ਆ ਜਦੋਂ ਹੁਣ ਤਸਵੀਰ ਬਾਹਰ ਆਈ ਗਈ ਪਹਿਲਾਂ ਵਾਲੀਆਂ ਤਸਵੀਰਾਂ ਵਾਂਗੂ ਇਹ ਤਸਵੀਰ ਵੀ ਬਾਹਰ ਆ ਗਈ ਉੱਥੇ ਇੱਕ ਜਿਹੜਾ ਅਹੁਦਾ ਹੈਗਾ ਉਹ ਵਿਅਕਤੀ ਵਿਸ਼ੇਸ਼ ਉੱਥੇ ਹਾਜ਼ਰ ਨਹੀਂ ਇਰੀਗੇਸ਼ਨ ਮੰਤਰੀ ਦੀ ਜੇ ਮੈਂ ਗੱਲ ਕਰੂੰ ਉਹ ਵੀ ਇੱਕ ਆਪਾਂ ਕਹਿ ਦਈਏ ਵੀ ਜੇ ਉਸ ਹਸਾਬ ਨਾਲ ਹੀ ਚੱਲਣਾ ਹੈਗਾ ਉਹ ਕਾਇਦੇ ਕਾਨੂੰਨ ਨਾਲ ਹੀ ਚੱਲਣਾਗਾ ਉੱਥੇ ਵੀ ਕਿਤੇ ਨਾ ਕਿਤੇ ਲੱਗ ਰਿਹਾ ਹੈਗਾ ਵੀ ਇਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਨੂੰ ਲੈ ਕੇ ਜਾਂ ਕਾਵਦੀ ਉਹ ਠੀਕ ਹੈ ਆਪਣੀ ਕੋਈ ਵੀ ਪਾਰਟੀ ਜਾਂ ਉਨ੍ਹਾਂ ਦੀ ਪਾਰਟੀ ਗਾਂ ਸਟੇਟ ਦੇ ਵਿੱਚ ਜਾਂਦੀ ਆ ਉਹ ਜੀ ਸਦਕੇ ਜਾਣ ਜੀ ਸਦਕੇ ਉਹ ਸਰਕਾਰਾਂ ਬਣਾਉਣ ਪਰ ਉੱਥੇ ਉਸ ਚੀਜ਼ ਦਾ ਵੀ ਕਿਤੇ ਨਾ ਕਿਤੇ ਕਾਣ ਕੀਤਾ ਗਿਆ ਇਰੀਗੇਸ਼ਨ ਮਨਿਸਟਰ ਵੀ ਨਹੀਂ ਸੀ ਜੀ ਦੇਖੋ ਕੱਲੇ ਇਰੀਗੇਸ਼ਨ ਮਨਿਸਟਰ ਦੀ ਹਾਜ਼ਰੀ ਦੇ ਨਾਲ ਵੀ ਕੁਝ ਨਹੀਂ ਹੁੰਦਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇੱਕ ਧਾਰਾ ਆ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਜੇਕਰ ਸਟੇਟਾਂ ਸਮਝੌਤੇ ਕਰਦੀਆਂ ਨੇ ਆਪਸ ਦੇ ਵਿੱਚ ਹਾਂ ਉਹ ਸਮਝੌਤੇ ਦਾ ਖਰੜਾ ਜਿਹੜਾ ਆ ਉਹ ਵਿਧਾਨ ਸਭਾ 'ਚ ਪੇਸ਼ ਹੋਣਾ ਚਾਹੀਦਾ ਜਾਂ ਵਿਧਾਨ ਸਭਾ ਵੱਲੋਂ ਉਹ ਸਮਝੌਤਾ ਕਰਨ ਲਈ ਅਧਿਕਾਰਤ ਕੀਤਾ ਗਿਆ ਵਿਅਕਤੀ ਜਿਹੜਾ ਆ ਉਹ ਸਮਝੌਤਾ ਕਰ ਸਕਦਾ ਹੈ। ਹਮਮ ਇਹ ਹੀ ਗੱਲ ਤਾਂ ਪਿਛਲੇ ਸਮਝੌਤਿਆਂ ਦੇ ਬਾਰੇ ਦੇ ਵਿੱਚ ਕਹੀ ਜਾਂਦੀ ਹੈ। ਹਮ 1955 ਵਾਲੀ ਇੱਕ ਅੰਡਰ ਸੈਕਟਰੀ ਲੈਵਲ ਦੀ ਮੀਟਿੰਗ ਸੀਗੀ। ਉਸ ਮੀਟਿੰਗ ਦੀਆਂ ਪ੍ਰोसीਡਿੰਗਸ ਨੂੰ ਸਮਝੌਤਾ ਬਣਾ ਕੇ ਪ੍ਰਚਾਰ ਦਿੱਤਾ ਗਿਆ। ਹਮ ਠੀਕ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਧਾਰਾ 78 79 80 ਆਈ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਦੀ ਉਹਦੇ ਬਾਰੇ ਵਿੱਚ ਵੀ ਇਹ ਗੱਲ ਬੜੇ ਵੱਡੇ ਪੱਧਰ ਤੇ ਉੱਪਰ ਕਹੀ ਜਾਂਦੀ ਹੈ ਕਿ ਅਲਟਰਾ ਵਾਇਰਸ ਇਹ ਸੰਵਿਧਾਨ ਦੀ ਉਲੰਘਣਾ ਕਰਦੀ ਹੈ ਕੇਂਦਰ ਨੇ ਉਹਨਾਂ ਮਦਦਾਂ ਦੇ ਉੱਤੇ ਕਾਨੂੰਨ ਬਣਾ ਦਿੱਤਾ ਜਿਹੜੇ ਕਿ ਬਿਲਕੁਲ ਸਟੇਟ ਸਟੇਟ ਲਿਸਟ ਦਾ ਹਿੱਸਾ ਸੀਗੇ ਜਿਹਦੇ ਉੱਪਰ ਸੈਂਟਰ ਕਾਨੂੰਨ ਬਣਾ ਹੀ ਨਹੀਂ ਸਕਦੀ ਸੋ ਹੁਣ ਦੇ ਸਮੇਂ ਦੇ ਵਿੱਚ ਮਤਲਬ ਕਿ ਕੋਈ ਵੀ ਪੰਜਾਬ ਦਾ ਜਿਹੜਾ ਪਾਣੀ ਆ ਇਹ ਕੋਈ ਤੁਹਾਡੀ ਜੇਬ ਚ ਪਈਆਂ ਰਿਓੜੀਆਂ ਥੋੜੀਆਂ ਵੀ ਕੱਢ ਕੇ ਜਿੰਨੂੰ ਮਰਜ਼ੀ ਦੇ ਦਿੱਤੀਆਂ ਚਾਹੇ 1 ਨੇ ਦਿੱਤੀਆਂ ਚਾਹੇ 2 ਨੇ ਦਿੱਤੀਆਂ ਪੰਜਾਬ ਦੀ ਨੁਮਾਇੰਦਗੀ ਜੇ ਉਸ ਹਿਸਾਬ ਨਾਲ ਦੇਖਿਆ ਜਾਵੇ ਤੇ ਪੰਜਾਬ ਵਿਧਾਨ ਸਭਾ ਕਰਦੀ ਹੈ ਪਰ ਹੁਣ ਦੇ ਸਮੇਂ ਦੇ ਵਿੱਚ ਕੱਲੇ ਸਿਆਸੀ ਲੀਡਰਸ ਦੀ ਗੱਲ ਨਹੀਂ ਹੈਗੀ ਸਿਆਸੀ ਇੰਸਟੀਚਿਊਸ਼ਨ ਜਿਹੜੇ ਆ ਉਹ ਵੀ ਸੂਬੇ ਦੇ ਹੱਕਾਂ ਦੀ ਰਾਖੀ ਕਰਨ ਤੋਂ ਆਰੀ ਹੋਏ ਪਏ ਆ ਇੱਕ ਤਾਂ ਅਫਸਰ شاہੀ ਦੀ ਭੂਮਿਕਾ ਵੀ ਇਹਦੇ ਵਿੱਚ ਜ਼ਰੂਰ ਦੇਖਣੀ ਚਾਹੀਦੀ ਹੈ ਅਫਸਰ ਸ਼ਾਹੀ ਹੁਣ ਦੇ ਸਮੇਂ ਦੇ ਵਿੱਚ ਮੈਨੂੰ ਇਦਾਂ ਲੱਗ ਰਿਹਾ ਕਿ ਇਹ ਦਿਖਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਪਾਣੀ ਦੀ ਪ੍ਰੋਬਲਮ ਹੈ ਮਿਸਮੈਨੇਜਮੈਂਟ ਕਰਕੇ ਪੈਦਾ ਹੋਈ ਹੈ। ਹੂੰ ਪੰਜਾਬ ਦੇ ਪਾਣੀ ਦੀ ਸਮੱਸਿਆ ਨੂੰ ਗੰਭੀਰ ਕਰਨ ਦੇ ਵਿੱਚ ਮਿਸਮੈਨੇਜਮੈਂਟ ਦਾ ਰੋਲ ਹੈਗਾ। ਹੂੰ ਜਿੰਨਾ ਪਾਣੀ ਪੰਜਾਬ ਨੂੰ ਅਲੋਟਡ ਹੈ ਉਹਨਾਂ ਪਾਣੀ ਪੰਜਾਬ ਦੇ ਵਿੱਚ ਵਰਤਿਆ ਨਹੀਂ ਜਾ ਰਿਹਾ। ਇਹ ਬੜੀ ਗੰਭੀਰ ਗੱਲ ਹੈਗੀ ਆ। ਪਰ ਆਪਾਂ ਕਹੀਏ ਵੀ ਸਿਰਫ ਇਸੇ ਕਰਕੇ ਸਮੱਸਿਆ ਪੈਦਾ ਹੋ ਗਈ ਹੈ ਇਦਾਂ ਨਹੀਂ ਹੈਗੀ। ਉਹਦੇ ਪਿੱਛੇ ਵੱਡੇ ਮੁਫਾਦ, ਕੁਮਾਂਤਰੀ ਰਾਜਨੀਤੀ ਤੋਂ ਲੈ ਕੇ ਇੰਡੀਆ ਲੈਵਲ ਦੀ ਰਾਜਨੀਤੀ ਲੋਕਲ ਪੱਧਰ ਦੇ ਮੁਫਾਤ ਜਿਹੜੇ ਆ ਉਹ ਜੁੜ ਕੇ ਸਾਹਮਣੇ ਆਂਦੇ ਔਰ ਵੱਡਾ ਕਾਰਨ ਉਹਦਾ ਪੰਜਾਬ ਦਾ ਦਰਿਆਈ ਪਾਣੀ ਨਾਨ ਰਾਈਪੇਰੀਅਨ ਸਟੇਟਾਂ ਨੂੰ ਪੰਜਾਬ ਤੋਂ ਬਾਹਰ ਜਾਣਾ ਔਰ ਨਾਨ ਜੁਡੀਸ਼ੀਅਸ ਅਲੋਕੇਸ਼ਨ ਹੋਣੀ ਹੂੰ ਜਿੱਥੇ ਮਤਲਬ ਜੇ ਪੀਣ ਵਾਸਤੇ ਕਿਸੇ ਨੂੰ ਪਾਣੀ ਚਾਹੀਦਾ ਹੋਵੇ ਉਸ ਹਿਸਾਬ ਨਾਲ ਦੇਖਿਆ ਜਾ ਸਕਦਾ ਆਪਣੇ ਘਰ ਦੇ ਵਿੱਚ ਹੀ ਮਤਲਬ ਆਪਾਂ ਮਤਲਬ ਕਹਿ ਲਈਏ ਕਿ ਜੇ ਪਸ਼ੂ ਕਿਸੇ ਨੇ ਰੱਖਿਆ ਤੇ ਉਹ ਦੇਖਦਾ ਆ ਕਿ ਕਿਹੜੀ ਪਈ ਲਵੇਰੀ ਜਿਹੜੀ ਆ ਉਹ ਜ਼ਿਆਦਾ ਵਧੀਆ ਹੈ ਤਾਂ ਜ਼ਾਹਰ ਜੀ ਗੱਲ ਆ ਉਹਨੂੰ ਵੰਡ ਦਿੱਤਾ ਜਾਂਦਾ ਤੇ ਜਿਹੜੀ ਕੋਈ ਮਤਲਬ ਘੱਟ ਦੁੱਧ ਵਾਲੀ ਹੋਵੇ ਉਹਨੂੰ ਆਪਾਂ ਉਸ ਹਿਸਾਬ ਨਾਲ ਹੀ ਖੁਰਾਕ ਦੇਣੀ ਹੈ। ਹੂੰ। ਸੋ ਜਿੰਨਾ ਹਿੱਸਾ ਈਵਨ ਯੂਐਸ ਬਿਊਰੋ ਆਫ ਰੈਕਲੇਮੇਸ਼ਨ ਦੀ ਗੱਲ ਪ੍ਰੀਤਮ ਸਿੰਘ ਉਮੀਦਵਾਰ ਹੋਂਨਾ ਦੇ ਮੂੰਹੋਂ ਕਈ ਵਾਰੀ ਸੁਣੀ। ਉਹ ਕਹਿੰਦੇ ਵੀ ਉਹਨਾਂ ਨੇ ਜਿਹੜੀ ਉਹ ਰਿਪੋਰਟ ਦਿੱਤੀ ਸੀਗੀ ਰਾਜਸਥਾਨ ਨਹਿਰ ਦੇ ਵਿਸ਼ੇ 'ਚ ਉਹਨਾਂ ਨੇ ਕਿਹਾ ਗਿਆ ਸਿਆਸਤਦਾਨਾਂ ਦੀ ਦੁਨੀਆ ਭਰ ਦੇ ਵਿੱਚ ਇਹ ਰੁਚੀ ਰਹਿੰਦੀ ਹੈ ਕਿ ਅਸੀਂ ਰੇਗਿਸਤਾਨਾਂ ਨੂੰ ਨਖਲਿਸਤਾਨ ਬਣਾ ਦਈਏ। ਹੂੰ। ਪਰ ਉਹ ਕਹਿੰਦੇ ਇਦਾਂ ਹੁੰਦਾ ਨਹੀਂ। ਇਹਦੀ ਬੜੀ ਭਾਰੀ ਕੀਮਤ ਤਾਰਨੀ ਪੈਂਦੀ ਆ ਸ਼ਾਇਦ ਆਪਣੇ ਕੋਲ ਅੱਜ ਸਮਾਂ ਨਾ ਹੋਵੇ ਬਡੋਪਲ ਪਿੰਡ ਦੇ ਲੋਕਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਜਿਹਦੇ ਲਾਗੇ 60 ਕਿਲੋਮੀਟਰ ਲੰਬੀ ਔਨ ਐਵਰੇਜ 6 ਕਿਲੋਮੀਟਰ ਚੌੜੀ ਨਹਿਰ ਬਣਾ ਝੀਲ ਬਣਾ ਕੇ ਰੱਖੀ ਗਈ 10 11 ਸਾਲ ਪੂਰੀ ਦੀ ਪੂਰੀ ਰਾਜਸਥਾਨ ਨਹਿਰ ਦਾ ਪਾਣੀ ਉੱਥੇ ਟਿੱਬਿਆਂ ਦੇ ਵਿੱਚ ਸਟੋਰ ਕਰਦੇ ਰਹੇ ਤੇ ਉਹਦੇ ਕਾਰਨ ਹਜ਼ਾਰਾਂ ਏਕੜ ਦੇ ਵਿੱਚ ਲੋਕਾਂ ਨੇ ਲੱਗਪਗ ਅੱਧੀ ਸਦੀ ਸੇਮ ਚੱਲੀ ਔਰ ਜੈਸਟਰ ਵਰਗੀਆਂ ਜਿਹੜੀਆਂ ਖੋਜਦੀਆਂ ਵੈਬਸਾਈਟਾਂ ਤੁਸੀਂ ਉਹਨਾਂ ਦੇ ਉੱਪਰ ਮਲੇਰੀਆ ਐਪੀਡੈਮਿਕ ਇਨ ਰਾਜਸਥਾਨ ਐਂਡ ਇੰਦਰਾ ਗਾਂਧੀ ਕਨਾਲ ਪਾ ਕੇ ਸਰਚ ਮਾਰੋ ਹੂੰ ਉੱਥੋਂ ਦੀ ਉੱਥੋਂ ਦੀ ਭੌਤਿਕਤਾ ਬਦਲੀ ਉੱਥੋਂ ਦੀ ਬਨਸਪਤੀ ਬਦਲੀ ਉਹਦੇ ਕਾਰਨ ਉੱਥੇ ਮੱਛਰ ਦੀ ਸਮੱਸਿਆ ਇੰਨੀ ਜ਼ਿਆਦਾ ਹੋਈ ਲੱਖਾਂ ਲੋਕ ਕਿੰਨੇ ਲੋਕ ਮਰੇ ਹੋਣਗੇ ਕਿ ਮਲੇਰੀਆ ਨੂੰ ਐਪੀਡੈਮਿਕ ਦਾ ਨਾਮ ਦੇ ਕੇ ਉਹਨਾਂ ਔਰ ਔਰ ਸਰਚ ਕੋਈ ਪੰਜਾਬ ਦੇ ਲੋਕਾਂ ਨੇ ਨਹੀਂ ਕੀਤੀ ਉਹ ਮੈਡੀਕਲ ਫੀਲਡ ਵਾਲਿਆਂ ਨੇ ਕੀਤੀ ਹੋਈ ਹੈ ਜੀ ਸੋ ਇਹ ਇਹ ਗੱਲ ਮਤਲਬ ਬੜੀ ਵਿਚਾਰਨ ਵਾਲੀ ਹੈਗੀ ਔਰ ਖਾਸ ਕਰਕੇ ਹੁਣ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਇੱਕ ਪਾਸੇ ਤਾਂ ਰਾਜਸਥਾਨ ਨਹਿਰ ਦੇ ਵਿੱਚੋਂ ਮੋਗਿਆਂ ਦੀ ਮੰਗ ਉੱਠ ਰਹੀ ਹੈ ਵੀ ਪੰਜਾਬ ਦੇ ਵਿੱਚੋਂ ਪਾਣੀ ਜਾ ਰਿਹਾ ਤੇ ਸਾਨੂੰ ਅਸੀਂ ਪਾਣੀ ਲਿਫਟ ਕਰਕੇ ਕਿਉਂ ਦੂਜੇ ਪਾਸੇ ਲਈਏ ਬਈ ਸਾਨੂੰ ਇਹਦੇ ਵਿੱਚੋਂ ਮੋਗੇ ਹੋਣ ਜਿੰਨਾ ਪਾਣੀ ਪੰਜਾਬ ਦੇ ਹਿੱਸੇ ਦਾ ਹੈਗਾ ਉਹ ਉਧਰਲੇ ਮੋਗੀਆਂ ਉਹਨਾਂ ਨੂੰ ਮੋਗੀਆਂ ਚ ਮਿਲੇ ਪਰਲੇ ਪਾਸੇ ਤੇ ਚਲੋ ਮੋਗੀਆਂ ਚ ਮਿਲਦਾ ਹੀ ਆ ਦੂਜੇ ਪਾਸੇ ਕੰਢੀ ਦੇ ਵਿੱਚ ਸੈਂਕੜੇ ਪੰਚਾਇਤਾਂ ਦੇ ਕੋਲੋਂ ਮਤੇ ਜਿਹੜੇ ਆ ਉਹ ਮਿਸਲ ਪੰਜਾਬ ਤੁਸੀਂ ਨੈਟ ਦੇ ਉੱਪਰ ਲੱਭ ਸਕਦੇ ਮੈਂ ਦੇਖਦਾ ਹਾਂ ਹਰ ਰੋਜ਼ ਉਹਨਾਂ ਨੇ ਦੋ ਤਿੰਨ ਪੰਚਾਇਤਾਂ ਦੇ ਕੋਲੋਂ ਮਤੇ ਪਵਾਏ ਹੁੰਦੇ ਆ ਉਦੋਂ ਪਵਾ ਕੇ ਲਗਾਤਾਰ ਭੇਜ ਰਹੇ ਇਹਨਾਂ ਦੀ ਅਫਸਰ ਸ਼ਾਹੀ ਨੂੰ ਮਿਲ ਕੇ ਕਹਿ ਰਹੇ ਕਿ ਸਾਡਾ ਜਿਹੜਾ ਤੁਸੀਂ ਕਹਿਣ ਨੂੰ ਪੰਜ ਨਹਿਰਾਂ ਦਾ ਨੈਟਵਰਕ ਬਣਾਇਆ ਹੋਇਆ ਉਹਦਾ 1150 ਕਿਊਸਿਕ ਪਾਣੀ ਦਾ ਸਾਨੂੰ ਪੂਰਾ ਦਿਓ ਨਾ ਹੂੰ ਸੋ ਇਹ ਕਰਨ ਵਾਲਾ ਕੰਮ ਹੈਗਾ ਕੱਲੀ ਮਿਸਮੈਨੇਜਮੈਂਟ ਦਾ ਮਸਲਾ ਨਹੀਂ ਹੈਗਾ ਹੂੰ ਮਿਸਮੈਨੇਜਮੈਂਟ ਦੂਰ ਕਰਨੀ ਮੁਡਲੀ ਗੱਲ ਹੈ ਹੂੰ ਪਰ ਉਹਦੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਹੋ ਕਿ ਪਾਣੀ ਪੰਜਾਬ ਦੇ ਕੋਲੋਂ ਵਰਤ ਨਹੀਂ ਹੋ ਰਿਹਾ ਤੇ ਅਸੀਂ ਰਾਜਸਥਾਨ ਨੂੰ ਹੋਰ ਪਾਣੀ ਦੇ ਦੇਾਂਗੇ ਇਸ ਤਰ੍ਹਾਂ ਦੇ ਕਦਮ ਪੁੱਟੇ ਹੋਏ ਕਿਸੇ ਸਮੇਂ ਇੰਡੀਆ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਤਜਵੀਜ਼ ਇਸ ਕਰਕੇ ਲੈਂਦੀ ਸੀ ਕਿਉਂਕਿ ਪਾਕਿਸਤਾਨ ਦੇ ਨਾਲ ਜਦੋਂ ਗੱਲਬਾਤ ਚੱਲ ਰਹੀ ਸੀਗੀ ਇਹਨਾਂ ਨੂੰ ਸੀਗਾ ਦੋਵੇਂ ਆਪਣੇ ਆਪਣੇ ਕਲੇਮ ਵਧਾ ਚੜਾ ਕੇ ਵਰਲਡ ਬੈਂਕ ਦੇ ਅੱਗੇ ਪੇਸ਼ ਕਰ ਰਹੇ ਸੀ ਹੂੰ ਸੋ ਉਦੋਂ ਇਹਨਾਂ ਨੇ ਕਰ ਦਿੱਤਾ ਤੇ ਜਦੋਂ ਉਹ ਮੁੜ ਕੇ ਇੰਡਸ ਵਾਟਰ ਟ੍ਰੀਟੀ ਸਾਈਨ ਹੋ ਗਈ ਪੋਲੀਟੀਸ਼ੀਨਾਂ ਦੇ ਉੱਪਰ ਦਬਾਅ ਪੈਣਾ ਸ਼ੁਰੂ ਹੋ ਗਿਆ ਨਹਿਰੂ ਦੇ ਉੱਪਰ ਦਬਾਅ ਪੈਣਾ ਸ਼ੁਰੂ ਹੋਇਆ ਵੀ ਹੁਣ ਤੂੰ ਪਾਕਿਸਤਾਨ ਦੇ ਕੋਲੋਂ ਤਾਂ ਪਾਣੀ ਘੱਟ ਲਿਆ ਆ ਠੀਕ ਹੈ ਦੋ ਟ੍ਰਿਬਿਊਟਰੀਜ਼ ਜਿਹੜੀਆਂ ਸਿਗੀਆਂ ਭਦਰਾ ਤੇ ਚੰਦਰਾ ਵੀ ਉਹਨਾਂ ਦਾ 5 ਮਿਲੀਅਨ ਏਕੜ ਫੁੱਟ 50 ਲੱਖ ਏਕੜ ਫੁੱਟ ਪਾਣੀ ਜਿਹੜਾ ਉਹ ਤੂੰ ਛੱਡ ਦਿੱਤਾ ਹੈ ਤੇ ਹੁਣ ਰਾਜਸਥਾਨ ਦੇ ਵਿੱਚ ਖੁਸ਼ਹਾਲੀ ਕਿੱਦਾਂ ਆਊਗੀ ਤੇ ਜਿਹੜਾ ਪੰਜਾਬ ਨੂੰ ਵਿੱਚ ਪਾਣੀ ਵਰਤਿਆ ਜਾਣਾ ਸੀਗਾ ਉਸ ਪਾਣੀ ਨੂੰ ਦੇਣ ਦੇ ਵਾਸਤੇ ਨਹਿਰ ਕੱਢੀ ਗਈ ਸੋ ਸਿਆਸਤਦਾਨ ਜਦੋਂ ਕੋਈ ਵੀ ਗੱਲ ਕਰ ਦਿੰਦਾ ਇਸ ਤਰ੍ਹਾਂ ਦੀ ਅੱਗੇ ਜਾ ਕੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਤੇ ਉਸ ਤਰ੍ਹਾਂ ਦੇ ਦਬਾਅ ਪੈਂਦੇ ਆ ਉਹਨਾਂ ਨੇ ਆਪਣੀ ਪੋਲਿਟਿਕਸ ਨੂੰ ਉਸ ਤਰੀਕੇ ਨਾਲ ਵਧਾਉਣਾ ਦਾ ਖਾਸ ਕਰਕੇ ਜਿਹੜੇ ਚੱਲੇ ਰਿਮੋਟ ਕੰਟਰੋਲ ਤੇ ਰਹੇ ਆ ਕਾਂ ਜੇਕਰ ਪੰਜਾਬ ਦੇ ਇਸ਼ਤ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਆ ਉਹ ਗੁਜਰਾਤ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਲੱਗ ਰਿਹਾ ਸੀਗਾ ਇੰਨੀ ਗੱਲ ਤਾਂ ਲੋਕ ਬਰਦਾਸ਼ਤ ਕਰ ਰਹੇ ਸੀ ਹੁਣ ਪਾਣੀ ਵੀ ਜਿਹੜਾ ਹੈਗਾ ਉਹ ਜੇ ਇਸ ਹਿਸਾਬ ਨਾਲ ਜਾਣਾ ਤਾਂ ਇਹ ਪੰਜਾਬ ਦੇ ਵਾਸਤੇ ਬੜੀ ਖਤਰੇ ਵਾਲੀ ਗੱਲ ਹੀ ਆਪਾਂ ਕਹਿੰਦੇ ਹਾਂ ਹਾਲਾਂਕਿ ਜਿਹੜੀ ਆਪਣੀ ਇਹ ਗੱਲਬਾਤ ਹੋ ਰਹੀ ਹੈ ਜੇ ਸਰਕਾਰ ਦਾ ਕੋਈ ਨੁਮਾਇੰਦਾ ਦੇਖ ਰਿਹਾ ਹੋਊ ਜਾਂ ਪੋਲੀਟੀਸ਼ੀਅਨ ਸੱਤਾਧਰ ਪਾਰਟੀ ਦਾ ਦੇਖ ਰਿਹਾ ਹੋਊ ਚੁਬਣੀ ਬਹੁਤ ਆ ਪਰ ਇੱਕ ਗੱਲ ਮੈਨੂੰ ਬੜੀ ਉਹ ਲੱਗ ਰਹੀ ਆ ਵੀ ਗੱਲ ਇਹ ਕੁਦਰਤ ਨੂੰ ਲੈ ਕੇ ਆ ਗੱਲ ਇਹ ਸਾਡੀ ਹੋਂਦ ਨੂੰ ਲੈ ਕੇ ਆ ਪਰ ਉਥੇ ਠੀਕ ਹੈ ਸਿਆਸਤਦਾਨ ਜਿਹੜਾ ਹੁੰਦਾਗਾ ਉਹ ਆਪੋ ਆਪਣੀ ਭੂਮਿਕਾ ਨਿਭਾਉਂਦਾਗਾ ਪਰ ਇਹ ਜਿਹੜੀ ਨਵੀਂ ਪਾਰਟੀ ਆ ਜਿੱਥੇ ਮੁੱਖ ਮੰਤਰੀ ਸਾਹਿਬ ਜਿੱਥੋਂ ਆਉਂਦੇ ਨੇ ਖਾਸ ਕਰਕੇ ਉਹ ਏਰੀਆ ਸੰਗਰੂਰ ਦੀ 벨ਟ ਉਹ ਰੈੱਡ ਜ਼ੋਨ ਦੇ ਵਿੱਚ ਆ ਤੇ ਉਹ ਬੁਰੀ ਤਰ੍ਹਾਂ ਰੈੱਡ ਜ਼ੋਨ ਦੇ ਵਿੱਚ ਆ ਪਰ ਫੇਰ ਵੀ ਨਹੀਂ ਸਮਝਣਾ ਤੁਹਾਨੂੰ ਕੀ ਲੱਗਦਾ ਮੈਂ ਆਖਰ ਦੇ ਵਿੱਚ ਬਸ ਇੱਕ ਕਮੈਂਟ ਲੈਣਾ ਚਾਹੂੰਗਾ ਵੀ ਇੰਨਾ ਜ਼ਿਆਦਾ ਉਥੋਂ ਆ ਕੇ ਸੱਥਾਂ ਦੇ ਵਿੱਚ ਬੋਲ ਕੇ ਤੇ ਫਿਰ ਐਦਾਂ ਦੀ ਚੀਜ਼ ਕਰਨੀ ਕੀ ਤੁਹਾਨੂੰ ਲੱਗਦਾਗਾ ਵੀ ਨਹੀਂ ਵੀ ਸਾਰਾ ਕੁਸ਼ ਵੋਟ ਸਾਰਾ ਕੁਸ਼ ਮੁੱਖ ਮੰਤਰੀ ਦੀ ਕੁਰਸੀ ਉੱਥੋਂ ਤੱਕ ਕੀ ਹੈ ਦੇਖੋ ਹੁਣ ਦੇ ਸਮੇਂ ਦੇ ਵਿੱਚ ਇੰਨੀ ਗੱਲ ਸਮਝਣੀ ਚਾਹੀਦੀ ਇਹਨਾਂ ਨੂੰ ਪਹਿਲਾਂ ਪੋਲਿਟਿਸ਼ੀਅਨ ਬਲੰਡਰ ਕਰਦੇ ਰਹੇ ਜੀ ਪਰ ਉਹਨਾਂ ਦੀ ਸਿਆਸਤ ਲੰਬੇ ਸਮੇਂ ਤੱਕ ਚੱਲ ਜਾਂਦੀ ਰਹੀ ਹੁਣ ਦੇ ਸਮੇਂ ਦੇ ਵਿੱਚ ਲੋਕਾਂ ਦੀ ਆਪਣੇ ਮੁੱਦਿਆਂ ਦੇ ਪ੍ਰਤੀ ਜਾਗਰੂਕਤਾ ਤੇ ਸੈਂਸਿਟੀਵਿਟੀ ਬਹੁਤ ਜ਼ਿਆਦਾ ਵਧੀ ਹੋਈ ਹੈ ਹੂੰ ਸੋ ਇਹਨਾਂ ਨੂੰ ਤਾਂ ਹੋਰ ਵੀ ਕਦਮ ਫੂਕ ਫੂਕ ਕੇ ਰੱਖਣ ਦੀ ਲੋੜ ਸੀਗੀ ਜੀ ਪਰ ਮੇਰੇ ਖਿਆਲ ਦੇ ਵਿੱਚ ਉਹ ਜਾਣਦੇ ਆ ਕਿ ਉਹਨਾਂ ਨੂੰ ਤਾਕਤ ਕਿੱਥੋਂ ਆਈ ਹੈ ਸੋ ਪੰਜਾਬ ਦੇ ਹਿੱਤਾਂ ਪੰਜਾਬ ਦੇ ਸਰੋਕਾਰਾਂ ਦੀ ਬਜਾਏ ਉਹ ਆਪ ਦੇ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੇ ਵਿੱਚ ਜ਼ਿਆਦਾ ਲੱਗੇ ਹੋਏ ਐ ਸੋ ਇਹਨਾਂ ਦੇ ਬਾਰੇ ਦੇ ਵਿੱਚ ਤਾਂ ਇੰਨੀ ਗੱਲ ਹੀ ਕਹੀ ਜਾ ਸਕਦੀ ਹੈ ਲੋਕਾਂ ਦੇ ਬਾਰੇ ਦੇ ਵਿੱਚ ਮੈਂ ਜ਼ਰੂਰ ਗੱਲ ਕਹਿਣੀ ਚਾਹਾਂਗਾ ਕਿ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੇ ਜਿਹੜੇ ਆਮ ਤਰੀਕੇ ਹੁੰਦੇ ਆ ਕਿ ਤੁਸੀਂ ਵਿਧਾਨ ਸਭਾ ਦੇ ਰਾਹੀਂ ਸਰਕਾਰਾਂ ਦੇ ਰਾਹੀਂ ਹੱਲ ਕਰੋ ਵਿਧਾਨ ਸਭਾ ਦੇ ਕਾਨੂੰਨ ਬਣਾ ਕੇ ਹੱਲ ਕਰੇ ਬਿਊਰੋਕਰੇਸੀ ਵੀ ਆਪਣੇ ਤੌਰ ਦੇ ਉੱਪਰ ਮਸਲੇ ਹੱਲ ਕਰਦੀ ਆ ਨਾ ਹੋਵੇ ਤਾਂ ਅਦਾਲਤਾਂ ਵੀ ਹੱਲ ਕਰਦੀਆਂ ਨੇ ਜੀ ਜੇ ਇਹ ਸਾਰਾ ਕੁਝ ਹੀ ਨਾ ਹੋਵੇ ਤਾਂ ਫਿਰ ਸਟਰਗਲ ਹੁੰਦੀ ਹੈ ਹੂੰ ਪੰਜਾਬ ਦੇ ਮਾਮਲਿਆਂ ਦੇ ਵਿੱਚ ਤਾਂ ਹੁਣ ਲੱਗਦਾ ਕਿ ਕੋਈ ਕੋਈ ਰਾਹ ਜਿਹੜਾ ਆ ਉਹ ਸਟਰਗਲ ਦਾ ਆ ਹੂੰ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਆਪਾਂ ਇਹ ਗੱਲ ਦੇਖ ਲਈ ਹੈ ਕਿ ਨਾ ਤਾਂ ਪੋਲੀਟੀਸ਼ੀਅਨਾਂ ਦੇ ਰਾਹੀਂ ਨਾ ਸਰਕਾਰਾਂ ਦੇ ਰਾਹੀਂ ਨਾ ਵਿਰੋਧੀ ਧਿਰਾਂ ਦੇ ਰਾਹੀਂ ਨਾ ਹੀ ਅਦਾਲਤਾਂ ਦੇ ਰਾਹੀਂ ਕਿਸੇ ਦੇ ਰਾਹੀਂ ਮਸਲੇ ਹੱਲ ਨਹੀਂ ਹੋ ਰਹੇ ਬਿਊਰੋਕ੍ਰੇਸੀ ਦੇ ਰਾਹੀਂ ਵੀ ਉਲਝੇ ਰਹੇ ਹੱਲ ਕੋਈ ਨਹੀਂ ਹੋ ਰਹੇ ਹੈਗੇ ਸੋ ਹੱਲ ਜਿਹੜੇ ਆ ਉਹ ਸਟਰਗਲ ਦੇ ਰਾਹੀਂ ਹੋਣੇ ਆ ਸੋ ਲੋਕਾਂ ਨੂੰ ਇਹ ਗੱਲ ਦੀ ਪਹਿਰੇਦਾਰੀ ਕਰਨੀ ਪੈਣੀ ਹੈ ਕਿ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਆ ਉਹ ਰਾਹੇ ਰਾਸਤੇ ਉੱਪਰ ਚੱਲਣ ਪੰਜਾਬ ਦੀ ਸੁਸਾਇਟੀ ਕੋਈ ਵੀ ਸੁਸਾਇਟੀ ਬੇਸਿਕ ਤਾਕਤ ਜਿਹੜੀ ਆ ਸਮਾਜ ਕੋਲ ਹੁੰਦੀ ਹੈ। ਹੂੰ। ਰਾਜਨੀਤੀ ਦੇ ਵਿੱਚ ਸਮਾਜ ਦੀ ਡੈਲੀਗੇਟ ਕੀਤੀ ਹੋਈ ਤਾਕਤ ਜਾਂਦੀ ਹੈ। ਤੇ ਜਦੋਂ ਤੁਹਾਡਾ ਡੈਲੀਗੇਟ ਤੁਹਾਡੇ ਅਨੁਸਾਰ ਕੰਮ ਨਾ ਕਰੇ ਤੁਹਾਨੂੰ ਫਿਰ ਉਹਦੀ ਪਹਿਰੇਦਾਰੀ ਕਰਕੇ ਉਹਨੂੰ ਕਰੈਕਟ ਕਰਨਾ ਪੈਂਦਾ। ਪਿਛਲਿਆਂ ਨੂੰ ਤਾਂ ਇਹਨਾਂ ਨੇ ਕਰ ਦਿੱਤਾ। ਹੂੰ। ਇੱਕ ਵਾਰ ਤਾਂ ਕੀਤਾ ਹੀ ਲੱਗਦਾ। ਪਰ ਹੁਣ ਅਗਲਿਆਂ ਨੂੰ ਕਰਨ ਦੀ ਵਾਰੀ ਵੀ ਹੈਗੀ ਆ। ਕਿਉਂਕਿ ਹੁਣ ਜਿੰਨੇ ਕ੍ਰਾਈਸਿਸ ਦੇ ਵਿੱਚ ਫਸੇ ਹੋਏ ਆ ਸਮਾ ਦੇ ਕੇ ਨਹੀਂ ਸਰਨਾ। ਆਪਾਂ ਸੋਚੀਏ ਕਿ ਨਵੇਂ ਆ ਇਸ ਕਰਕੇ ਹੋ ਜਾਊਗਾ ਜਾਂ ਪੰਜਾਬ ਦੇ ਲੋਕ ਇਸ ਤਰ੍ਹਾਂ ਸੋਚਦੇ ਹੋਣ। ਤਾਂ ਹੁਣ ਤਾਂ ਐਸੀ ਫਿਸਲਨ ਦੇ ਉੱਪਰ ਖੜੇ ਆ ਜਿੱਥੋਂ ਪੈਰ ਤਿਲਕਿਆ ਤੇ ਦੁਬਾਰਾ ਪੈਰ ਲੱਗਣੇ ਔਖੇ ਹੋ ਜਾਣੇ ਜੀ ਹਾਂਜੀ ਜੀ ਗੱਜਜੀ ਜੀ ਤੁਸੀਂ ਸਮਾਂ ਤਾਂ ਥੋੜਾ ਧੰਨਵਾਦ ਆਪਾਂ ਅੱਗੇ ਵੀ ਇਹਨੂੰ ਕੰਟੀਨਿਊ ਰੱਖਾਂਗੇ ਮੈਂ ਚਾਹੁੰਗਾ ਆਪਾਂ ਪੌਡਕਾਸਟ ਵੀ ਜ਼ਰੂਰ ਇਹਦੇ ਤੇ ਕਰੀਏ ਆਪਾਂ ਹਰੀਪਾਲ ਸਿੰਘ ਬਰਾੜ ਜੀ ਦੇ ਨਾਲ ਪੌਡਕਾਸਟ ਕਰਾਂਗੇ ਕਿਉਂਕਿ ਲੋਕ ਲੱਗਦਾ ਹੈਗਾ ਵੀ ਇਹਨੂੰ ਸਮਝਣ ਗੱਲ ਨੂੰ ਵੀ ਅਸਲ ਦੇ ਵਿੱਚ ਅਸੀਂ ਖੜੇ ਕਿੱਤਿਆਂ ਤੁਸੀਂ ਸਮਾਂ ਦਿੱਤਾ ਵਾਈਗੋ ਨੀਲਕਾ ਖਾਲਸਾ ਸਾਹਿਬ ਜੀ ਫਤਿਹ ਸੋ ਇਹ ਅੱਜ ਦੀ ਜੋ ਮੁਲਾਕਾਤ ਸੀ ਇਹ ਤੁਹਾਨੂੰ ਸਿਰਫ ਗੱਲਾਂ ਦੱਸਣ ਦੇ ਲਈ ਜਾਂ ਸਮਝਾਉਣ ਦੇ ਲਈ ਨਹੀਂ ਬਲਕਿ ਤੁਸੀਂ ਕੀ ਇੰਪਲੀਮੈਂਟ ਕਰਨਾਗਾ ਜਾਂ ਕੀ ਕੁਝ ਗਲਤ ਹੋ ਰਿਹਾਗਾ ਇੱਕ ਪਾਸੇ ਇਸ ਧਰਤੀ ਨੂੰ ਬਚਾਉਣ ਦੀ ਗੱਲ ਹੈ ਦੂਜੇ ਪਾਸੇ ਗੱਲ ਆਉਂਦੀ ਆ ਵੀ ਸਾਡੇ ਹੱਕ ਨੇ ਜਿਹੜੇ ਉਹ ਸਾਥੋਂ ਖੋਏ ਜਾ ਰਹੇ ਨੇ ਪਰ ਹੱਕ ਖੋਹ ਕੌਣ ਰਿਹਾਗਾ ਜੋ ਬਚਾਉਣ ਦੀ ਗੱਲ ਕਰਦਾ ਉਹ ਖੋ ਰਿਹਾ ਜਾਂ ਫਿਰ ਕੋਈ ਹੋਰ ਖੋ ਰਿਹਾ ਇਹ ਤੁਸੀਂ ਪਛਾਣ ਕਰਨੀ ਆ ਤੁਕੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟਾਕ ਵਿਦ ਰਤਨ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ